हाँ जी, गुरु गोविंद सिंह जी के नाल रिलेटेड मल्टी चॉइस क्वेश्चन है, एमसीक्यू है, जिहड़े आपां करने आ। जल्दी जल्दी अपना आंसर तुसीं दस दिओ ते ऑनलाइन जिहड़े बच्चे ने उह कमेंट कर दिओ। गुरु गोविंद सिंह, बंदा बहादुर, टाइम आ दोवां दा, आपां नूं जे समां मिलिया दोवां दे क्वेश्चन करांगे। दसवें गुरु सीगे जी गुरु गोविंद सिंह जी, ठीक है, ओके। हाँ जी, हाँ पहला क्वेश्चन है, दशमेश पिता केड़े गुरु नु कहा जाता है? दशमेश पिता केड़े गुरु नु कहा जाता भाई? गुरु गोविंद सिंह जी नु। आंसर अपना ससा। गुरु गोविंद सिंह जी का जन्म स्थान कित्थे है, जन्म कित्थे होया? पटना, बिहार, बिहार की कैपिटल पटना दे विच। गुरु गोविंद सिंह जी के पिता का की नाम सी? गुरु तेग बहादुर जी, नौवें गुरु। गुरु गोविंद सिंह जी के माता का की नाम सी? माता गुजरी। गुरु गोविंद सिंह जी के जन्म समय भारत का मुगल शासक कौन सीगा? ਇਹ ਯਾਦ ਰੱਖਿਓ, ਇਹ ਧਿਆਨ ਪੂਰਵਕ ਗੱਲ ਆ। ਪੇਪਰ 'ਚ ਪੁੱਛਿਆ ਗੁਰੂ ਨਾਨਕ ਵੇਲੇ ਕੌਣ ਸੀਗਾ? ਬਾਬਰ ਤੇ ਹਿਮਾਂਜੂ, ਠੀਕ ਹੈ। ਗੁਰੂ ਅੰਗਦ ਦੇਵ ਜੀ ਵੇਲੇ ਹਿਮਾਂਜੂ, ਠੀਕ ਹੈ। ਤੇ ਗੁਰੂ ਅਮਰਦਾਸ ਜੀ ਵੇਲੇ ਅਕਬਰ, ਬਹੁਤ ਮਹੱਤਵਪੂਰਨ ਆ ਕਿਉਂਕਿ ਅਕਬਰ ਉਹਨਾਂ ਦੇ ਦਰਬਾਰ 'ਚ ਵੀ ਆ ਕੇ ਗਿਆ ਸੀਗਾ, ਠੀਕ ਹੈ, ਇਹ ਬਹੁਤ ਮਹੱਤਵਪੂਰਨ ਹੈ। ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹੜੇ ਨੇ ਸ਼ਹੀਦ ਕੀਤਾ? ਮੁਗਲ ਬਾਦਸ਼ਾਹ ਨੇ, ਜਹਾਂਗੀਰ ਨੇ, ਸਲੀਮ ਕਹਿੰਦੇ ਸੀ ਜਿਹਨੂੰ, ਅਕਬਰ ਦਾ ਬੇਟਾ। ਸਮਝ ਲੱਗੇ ਗੱਲ? ਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਿਹੜੇ ਸੀਗੇ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ? ਔਰੰਗਜ਼ੇਬ ਤੇ ਬਹਾਦਰ ਸ਼ਾਹ, ਦੋਨੋਂ ਨੇ। ਪਰ ਇੱਥੇ ਜਿਹੜਾ ਪੁੱਛਣ ਦਾ ਕਾਰਨ ਹੈ, ਜਿਹੜਾ ਐਗਜ਼ਾਮੀਨਰ ਪੁੱਛਣਾ ਚਾਹੁੰਦਾ, ਤੁਹਾਡੇ ਵਿੱਚੋਂ ਕੱਢਣਾ ਕੀ ਚਾਹੁੰਦਾ ਹੈ, ਉਹ ਇਹ ਗੱਲ ਕੱਢਣਾ ਚਾਹੁੰਦਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਖੜਕਦੀ ਕਿਹੜੇ ਗੁਰੂ ਦੀ ਸੀਗੀ? ਤਾਂ ਖੜਕਣ ਵਾਲੇ ਜਿਹੜੇ ਗੁਰੂ ਸੀ, ਔਰੰਗਜ਼ੇਬ ਜੀ। ਸਮਝ ਲੱਗੇ ਗੱਲ? ਬਾਦਸ਼ਾਹ ਔਰੰਗਜ਼ੇਬ। ਹਾਲਾਂਕਿ ਬਹਾਦਰ ਸ਼ਾਹ, ਮੈਂ ਤੁਹਾਨੂੰ ਦੱਸਿਆ ਸੀ, ਬਹਾਦਰ ਸ਼ਾਹ ਵੀ ਸਾਊਥ ਵੱਲ ਗੁਰੂ ਦੇ ਨਾਲ ਹੀ ਗਏ ਨੇ ਜੀ। ਔਰੰਗਜ਼ੇਬ ਸੀ, ਔਰੰਗਜ਼ੇਬ ਨਾਲ ਹੀ ਤਾਂ ਲੜਾਈਆਂ ਲੜੀਆਂ ਨੇ। ਔਰੰਗਜ਼ੇਬ ਨੇ ਫੌਜ ਭੇਜੀ ਆ। ਉਦੋਂ ਵੀ ਔਰੰਗਜ਼ੇਬ ਸੀ? ਅੱਛਾ, ਉਦੋਂ ਵੀ ਔਰੰਗਜ਼ੇਬ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਜੀ ਦਾ ਸਰਪ੍ਰਸਤ ਕੌਣ ਸੀ? ਸੋ ਜਦੋਂ 66 ਦੇ ਵਿੱਚ ਜਨਮ ਹੁੰਦਾ ਹੈ, 75 ਚ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਸ਼ਹੀਦ ਕੀਤੇ ਜਾਂਦੇ ਨੇ, ਭਾਈ ਦਿਆਲਾ ਜੀ ਨਾਲ ਗਏ ਨੇ ਉਹਨਾਂ ਦੇ, ਤੇ ਉਸ ਟਾਈਮ ਦੇ ਉੱਪਰ 9 ਸਾਲ ਦੀ ਉਮਰ ਹੈ। ਤਾਂ ਉਦੋਂ ਬਾਅਦ ਫਿਰ ਛੋਟੀ ਉਮਰ ਹੈ, ਸਰਪ੍ਰਸਤੀ ਉਹਦੇ ਮਾਮੇ ਨੇ ਕੀਤੀ ਸੀਗੀ ਤੇ ਮਾਤਾ ਗੁਜਰੀ ਜੀ ਨੇ ਕੀਤੀ ਸੀ। ਤੇ ਮਾਮੇ ਦਾ ਕੀ ਨਾਮ ਸੀਗਾ, ਉਹੀ ਪੁੱਛਿਆ ਗਿਆ। ਮਾਮਾ ਕਿਰਪਾਲ ਚੰਦ ਜੀ, ਤੇ ਮੇਹਰ ਚੰਦ ਵੀ ਉਹਦਾ ਮਾਮਾ ਬਾਈ, ਠੀਕ ਹੈ, ਇਹ ਵੀ ਉਹਦਾ ਮਾਮਾ ਹੀ ਹੈ, ਛੋਟਾ ਇਹ ਵੱਡਾ, ਪਰ ਕਿਰਪਾਲ ਚੰਦ ਜੀ ਨੇ ਸਰਪ੍ਰਸਤੀ ਕੀਤੀ। ਆਂਸਰ ਆਪਣਾ ਬਣੂਗਾ ਸੱਸਾ। ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰਬੰਦੀ ਕਿਹੜੇ ਸਥਾਨ ਤੇ ਹੋਈ ਹੈ? ਲਖਨੌਰ ਵਿਖੇ। ਬਹੁਤ ਮਹੱਤਵਪੂਰਨ ਕੁਐਸਚਨ ਹੈ, ਸਿੱਧਮ ਸਿੱਧੇ ਪੇਪਰ 'ਚ ਡਿੱਗਣਗੇ ਆਪਣੇ ਇਸ ਦੇ ਟੈਸਟ ਦੇ ਵਿੱਚੋਂ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਹਰੋਂ ਕੁਐਸਚਨ ਆ ਜੇ, ਮੈਂ ਦੇਣਦਾਰ ਹਾਂ ਪੰਜਾਬ ਦੇ ਐਗਜ਼ਾਮ ਦੇ ਵਿੱਚ, ਤੇ ਜੇ ਕੋਈ ਕਸਰ ਰਹਿ ਜੂਗੀ ਤਾਂ ਮੈਂ ਬੋਲ ਜੂੰਗਾ।
ਇਹ ਦੁਬਾਰ ਹੋਰ ਪੜ੍ਹਨ ਦੀ ਲੋੜ ਨਹੀਂ, ਵੀ ਮੱਥਾ ਮਾਰਨ ਦੀ, ਐਸੇ ਨੂੰ ਦੁਬਾਰਾ ਸੁਣ ਲਿਓ ਭਾਵੇਂ, ਸਮਝ ਲੱਗੇ ਗੱਲ। ਤਾਂ ਗੁਰੂ ਗੋਬਿੰਦ ਸਿੰਘ ਜੀ ਦਸਤਾਰਬੰਦੀ ਲਖਨੌਰ ਵਿਖੇ ਹੋਈ ਸੀਗੀ ਵੀ। ਗੁਰੂ ਗੋਬਿੰਦ ਸਿੰਘ ਜੀ ਦੇ ਨਗਾੜੇ ਦਾ ਕੀ ਨਾਂ ਸੀ? ਹਾਂਜੀ, ਇਹ ਜੰਗ ਤੋਂ ਪਹਿਲਾਂ, ਲੰਗਰ ਛਕਣ ਤੋਂ ਪਹਿਲਾਂ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵਜਾਇਆ ਜਾਂਦਾ ਸੀਗਾ। ਵੱਡਾ ਸਾਰਾ ਢੋਲ ਜਿਹਾ ਹੁੰਦਾ, ਦੋਵਾਂ ਹੱਥਾਂ ਨਾਲ ਦਾੜ ਦਾੜ ਦੁੰਬਾ ਦਾੜ ਏਦਾਂ ਚੱਲਦਾ ਸੀਗਾ, ਹਨਾ, ਜਿਹੜੇ ਹੁਣ ਤਾਂ ਰਸਮਾਂ ਭੁੱਲ ਹੀ ਗਏ। ਅੱਛਾ ਠੀਕ ਹੈ, ਹਰਜੀਤ ਸਿੰਘ ਨਗਾੜਾ ਜੀ। ਪੂਰਵ ਖਾਲਸਾ ਤੋਂ ਕੀ ਭਾਵ ਹੈ? ਪੂਰਵ ਖਾਲਸਾ ਤੋਂ ਕੀ ਭਾਵ ਹੈ? ਅੰਮ੍ਰਿਤ ਛਕਾਇਆ ਗਿਆ 13 ਅਪ੍ਰੈਲ ਦੀ ਗੱਲ ਕਰਕੇ ਜੇ ਆਪਾਂ, ਵਿਸਾਖੀ ਦਾ ਦਿਨ, ਪਰ ਇਹਦੇ ਵਿੱਚ 30 ਮਾਰਚ ਵੀ ਕਿਹਾ ਜਾਂਦਾ ਬਾਈ, ਠੀਕ ਹੈ, ਵਿਦਵਾਨਾਂ ਵੱਲੋਂ ਵੀ ਉਸ ਟਾਈਮ ਤੇ 30 ਮਾਰਚ ਬਣਦਾ ਸੀਗਾ। ਤਾਂ ਵਿਸਾਖੀ 13 ਅਪ੍ਰੈਲ ਦੀ ਹੁੰਦੀ ਆ, ਜੇ ਦੋਵਾਂ ਚੋਂ ਕੋਈ ਡੇਟ ਆ ਗਈ ਤੁਸੀਂ ਲਾ ਦਿਓ, ਦੋਨੇ ਐਗਜ਼ਾਮੀਨਰ ਪਾਉਂਦਾ ਨੀਗਾ, ਠੀਕ ਹੈ। 1999 1666 ਚ ਗੁਰੂ ਜੀ ਦਾ ਜਨਮ ਹੁੰਦਾ। ਇਸ ਤੋਂ ਪਹਿਲਾਂ ਵਾਲਾ ਪੀਰੀਅਡ ਆ ਜਿਹੜਾ, ਉਹਨੂੰ ਪ੍ਰੀ ਖਾਲਸਾ ਕਹਿ ਦਿੰਦੇ ਆਪਾਂ ਜਾਂ ਪੂਰਵ ਖਾਲਸਾ। ਇਸ ਤੋਂ ਬਾਅਦ ਵਾਲਾ ਜਿਹੜਾ ਪੀਰੀਅਡ ਹੈ 1708 ਤੱਕ ਦਾ, ਇਹਨੂੰ ਪੋਸਟ ਖਾਲਸਾ ਕਹਿ ਦਿੰਦੇ, ਸਮਝ ਲੱਗੇ ਗੱਲ। ਤਾਂ ਆਂਸਰ ਆਪਣਾ ਪੂਰਵ ਖਾਲਸਾ ਤੋਂ ਕੀ ਭਾਵ ਹੈ? ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਦਾ ਸਮਾਂ। ਨੈਕਸਟ ਕੁਐਸਚਨ, ਇਹ ਮੈਂ ਦੱਸ ਹੀ ਚੁੱਕਿਆ, ਪੂਰਵ ਖਾਲਸਾ ਕਿਹੜੇ ਕਾਲ ਨੂੰ ਮੰਨਿਆ ਗਿਆ? ਹਾਂਜੀ, ਦਸਤਾਰਬੰਦੀ ਦੀ ਪ੍ਰਥਾ ਕਦੋਂ ਨਿਭਾਈ ਜਾਂਦੀ ਹੈ? ਜਦੋਂ ਪਹਿਲੀ ਵਾਰੀ ਪੱਗ ਦਿੱਤੀ ਜਾਂਦੀ ਹੈ, ਠੀਕ ਹੈ। ਮੈਨੂੰ ਤਾਂ 11 ਸਾਲ ਤੋਂ ਪਹਿਲਾਂ ਜਾਂ 9 ਸਾਲ ਤੋਂ ਪਹਿਲਾਂ ਪਹਿਲਾਂ ਦੇਣੀ ਚਾਹੀਦੀ ਹੈ, ਏਦਾਂ ਦਾ ਰਵਾਇਤ ਹੈ, ਸ਼ਾਇਦ 9 ਜਾਂ 11, ਇਹਨਾਂ ਚੋਂ ਇੱਕ ਹੈ। ਜੋ ਕਿਹੜਾ ਪਹਿਲਾਂ ਪੱਗ ਬੰਨਦਾ ਸੀਗਾ, ਉਹ ਤਾਂ ਪੰਥ ਵੱਲੋਂ ਦਿੱਤੀ ਗਈ ਆ ਦਸਤਾਰਬੰਦੀ, ਇਹ ਪਰਿਵਾਰ ਵੱਲੋਂ ਦਿੱਤੀ ਗਈ ਆ ਜਾਂ ਨਾਨਕੇ ਜਿਹੜੀ ਦਿੰਦੇ ਆ ਉਹ ਹੈ। ਉੱਤਰ ਖਾਲਸਾ ਤੋਂ ਕੀ ਭਾਵ ਹੈ? ਉੱਤਰ ਖਾਲਸਾ, ਪੋਸਟ ਖਾਲਸਾ ਜਿਹਨੂੰ ਕਹਿੰਦੇ ਆਪਾਂ, ਬਾਅਦ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਜੀ। ਉੱਤਰ ਖਾਲਸਾ ਦਾ ਕਾਲ ਕਿਹਨੂੰ ਮੰਨਿਆ ਜਾਂਦਾ? ਸੋ 1699 ਤੋਂ 1708 ਤੱਕ ਦਾ। ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਸਾਹਿਬ ਦੀ ਸਾਹਿਤਕ ਗਤੀਵਿਧੀਆਂ ਦਾ ਮੁੱਖ ਕੇਂਦਰ ਕਿਹੜਾ ਸੀਗਾ? ਮੁੱਖ ਕੇਂਦਰ, ਸੋ ਮੁੱਖ ਕੇਂਦਰ ਮੈਂ ਤੁਹਾਨੂੰ ਦੱਸਿਆ, ਪਾਉਂਟਾ ਸਾਹਿਬ ਸੀਗਾ, ਠੀਕ ਹੈ। ਪਾਉਂਟਾ ਸਾਹਿਬ 52 ਕਵੀ ਬੈਠੇ ਸੀਗੇ, ਤੇ ਪਾਉਂਟਾ ਸਾਹਿਬ ਹੀ ਨੰਦ ਲਾਲ ਨੂਰਪੁਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦਾ ਜੀ। ਨਹੀਂ ਨਹੀਂ ਜੀ, ਪਟਨਾ ਸਾਹਿਬ ਨੂੰ ਪਾਉਂਟਾ ਨਹੀਂ ਕਿਹਾ ਜਾਂਦਾ, ਪਟਨਾ ਬਸ ਹੀ ਯਾਰ, ਪਟਨਾ ਸਾਹਿਬ ਬਿਹਾਰ ਦੀ ਕੈਪੀਟਲ ਹੈ, ਪਾਉਂਟਾ ਸਾਹਿਬ ਆ ਜਿਹੜਾ ਇਹ ਇੱਧਰ ਉੱਤਰਾਖੰਡ ਦੇ ਕੋਲ ਰਹਿ ਜਾਂਦਾ ਹੈ। ਹਾਂ, ਉੱਤਰਾ ਤੇ ਹਿਮਾਚਲ ਦੇ ਕੋਲ ਹੈ ਤੇ ਜਮੁਨਾ ਦੇ ਕਿਨਾਰੇ ਤੇ ਆ। ਮੋਸਟਲੀ ਤੁਸੀਂ ਦੇਖੋਗੇ ਕੋਈ ਸ਼ਹਿਰ ਵਸਾਇਆ ਗਿਆ ਕਿਸੇ ਵੱਲੋਂ ਜਾਂ ਕੋਈ ਗੁਰਦੁਆਰਾ ਬਣਾਇਆ ਗਿਆ, ਨੇੜੇ ਬਣਾਇਆ ਗਿਆ। ਪਾਣੀ ਦਾ ਮੇਨ ਜ਼ਰੂਰਤ ਹੈ, ਉਹਨਾਂ ਟਾਈਮਾਂ 'ਚ ਪਾਣੀ ਨਹੀਂ ਮਿਲਦਾ ਸੀਗਾ, ਵਾਟਰ ਬਾਕਸ ਨਹੀਂ ਬਣੇ ਸੀਗੇ,
ਉੱਥੇ ਰਹਿਣਾ ਪੈਂਦਾ ਸੀ ਜਿੱਥੇ ਪਾਣੀ ਹੈਗਾ। ਤਾਂ ਸਿੰਧੂ ਘਾਟੀ ਦੀ ਸਭਿਅਤਾ ਜਿਹੜੀ ਵਿਕਸਿਤ ਹੋਈ ਹੈ ਲਗਭਗ ਉਹ ਵੀ ਇਹਨਾਂ ਨਦੀਆਂ ਦਰਿਆਵਾਂ ਦੇ ਆਸੇ ਪਾਸੇ ਵਿਕਸਿਤ ਹੋਏ ਨੇ ਜਿੰਨੇ ਵੀ ਸਥਾਨ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਕਿਹੜੀ ਭਾਸ਼ਾ ਦਾ ਪ੍ਰਯੋਗ ਨਹੀਂ ਕੀਤਾ? ਇਹ ਕੁਐਸਚਨ ਬਹੁਤ ਹੀ ਨਵਾਂ ਕੁਐਸਚਨ ਹੈ, ਪੇਪਰ 'ਚ ਵੀ ਫਾਰਸੀ ਦਾ ਕੀਤਾ ਜੀ, ਜਫ਼ਰਨਾਮਾ ਹੀ ਲਿਖਿਆ ਗਿਆ ਫਾਰਸੀ 'ਚ, ਸੰਸਕ੍ਰਿਤ ਦਾ ਕੀਤਾ, ਅਰਬੀ ਤੇ ਬ੍ਰਿਜ, ਅਰਬੀ ਦਾ ਨਹੀਂ ਕੀਤਾ, ਬ੍ਰਿਜ ਦਾ ਵੀ ਕੀਤਾ। ਬ੍ਰਿਜ ਕਿਹੜੀ ਭਾਸ਼ਾ ਹੈ? ਬ੍ਰਿਜ ਦਾ ਤਾਂ ਮੈਨੂੰ ਇਹਨਾਂ ਦਾ ਚੰਡੀ ਦੀ ਵਾਰ ਲਿਖੀ ਬ੍ਰਿਜ 'ਚ ਹੋਊਗੀ। ਬ੍ਰਿਜ ਹਿੰਦੀ ਦੇ ਨੇੜੇ ਦੀ ਭਾਸ਼ਾ, ਹਿੰਦੀ ਦੇ ਨੇੜੇ ਦੀ ਭਾਸ਼ਾ। ਗੁਰੂ ਗੋਬਿੰਦ ਸਿੰਘ ਜੀ ਦਾ ਸੈਨਿਕ ਗਤੀਆਂ ਵਿਧੀਆਂ ਦਾ ਮੁੱਖ ਕੇਂਦਰ ਕਿਹੜਾ ਸੀ? ਆਨੰਦਪੁਰ ਸਾਹਿਬ, ਮਾਖੋਵਾਲ ਜੀ, ਪੁਰਾਣਾ ਨਾਮ ਮਾਖੋਵਾਲ ਆਨੰਦਪੁਰ ਸਾਹਿਬ ਜੀ। ਪੰਜ ਪਿਆਰਿਆਂ ਦੀ ਸੰਸਥਾ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਦੁਆਰਾ ਕੀਤੀ ਗਈ? ਗੁਰੂ ਗੋਬਿੰਦ ਸਿੰਘ ਜੀ ਦੁਆਰਾ। ਖੰਡੇ ਦਾ ਪੌਲ ਦੀ ਪ੍ਰਥਾ ਕਿਸ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ? ਗੁਰੂ ਗੋਬਿੰਦ ਸਿੰਘ ਜੀ, ਖੰਡੇ ਦਾ ਪੌਲ ਮਤਲਬ ਹਾਂ, ਕੜਾਹੇ 'ਚ ਪਾਣੀ ਧਰ ਕੇ ਤੇ ਵਿੱਚ ਉਹਦੇ ਪਤਾਸੇ ਘੋਲ ਲਿਆ ਜਾਂਦੇ ਆ ਤੇ ਖੰਡਾ ਮਾਰਿਆ ਜਾਂਦਾ, ਉਹਨੂੰ ਅੰਮ੍ਰਿਤ ਮੰਨ ਲਿਆ ਜਾਂਦਾ, ਅੰਮ੍ਰਿਤ ਛਕਾਉਣਾ। ਸਮਝ ਲੱਗੇ? ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਸੀਗਾ, ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ। ਉਸ ਤੋਂ ਬਾਅਦ ਇੱਕ ਵਿਅਕਤੀ ਨੂੰ ਹੋਰ ਅੰਮ੍ਰਿਤ ਛਕਾਇਆ ਗਿਆ ਸੀਗਾ, ਸ਼ਾਇਦ ਪੇਪਰ 'ਚ ਪੁੱਛ ਲੈਣ, ਪਰ ਮੈਨੂੰ ਲੱਗਦਾ ਇੰਨੇ ਵਿਦਵਾਨ ਨਹੀਂ ਹੈਗੇ ਪੇਪਰ ਵਾਲੇ। ਉਹ ਸੀਗਾ ਭਾਈ ਮਨੀ ਸਿੰਘ, ਭਾਈ ਦਿਆਲਾ ਸਿੰਘ ਦਾ ਬੇਟਾ, ਜਿਹੜਾ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੁੰਦਾ ਹੈ। ਤੇ ਇਹ ਮੈਂ ਪਰਿਵਾਰ ਪਹਿਲਾਂ ਹੀ ਕਿਹਾ, ਇਸ ਪਰਿਵਾਰ ਨੇ 17 ਕੁਰਬਾਨੀਆਂ ਦਿੱਤੀਆਂ ਨੇ, ਇੱਕੋ ਪਰਿਵਾਰ ਦੇ 17 ਜੀ ਸ਼ਹੀਦ ਹੁੰਦੇ ਆ ਗੁਰੂ ਦੇ ਲਈ, ਗੁਰੂਆਂ ਦੇ ਲਈ। ਇਹ 6ਵੇਂ ਪਾਤਸ਼ਾਹ ਤੋਂ ਲੈ ਕੇ ਚੱਲ ਰਹੇ ਨੇ 10ਵੇਂ ਪਾਤਸ਼ਾਹ ਤਾਈਂ। ਸੋ ਇਹ ਪੰਜ ਪੀੜ੍ਹੀਆਂ ਦੇ ਨਾਲ ਇਹ ਖਾਨਦਾਨ ਚੱਲਿਆ ਆ ਰਿਹਾ ਜੀ। ਕਿਹਨਾਂ? ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਛਕਾਉਣ ਤੋਂ ਬਾਅਦ ਆਪ ਛਕਿਆ ਸੀਗਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ, ਉਹਦੇ ਤਾਂ ਇਹ ਸ਼ਬਦ ਵਿਚਾਰੇ ਆ, ਹਨਾ, ਅੰਮ੍ਰਿਤ ਛਕਿਆ ਜਦੋਂ। ਮਸੰਦ ਪ੍ਰਥਾ ਦਾ ਅੰਤ ਕਿਹੜੇ ਗੁਰੂ ਨੇ ਕੀਤਾ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਪੇਪਰ ਦੇ ਪੁਆਇੰਟ ਆਫ ਵਿਊ ਤੋਂ ਪੜ੍ਹ ਰਹੇ ਹਾਂ ਅੱਜ ਆਪਾਂ, ਹੋਰ ਕੋਈ ਚੀਜ਼ ਨਹੀਂ ਦੇਖਣੀ। ਹਾਂ, ਗੁਰੂ ਗੋਬਿੰਦ ਸਿੰਘ ਮਸੰਦ ਪ੍ਰਥਾ ਚਲਾਈ ਕਿਹਨੇ ਆ? ਗੁਰੂ ਰਾਮਦਾਸ ਜੀ ਨੇ ਸੀਗਾ। ਮਸੰਦਾਂ ਦਾ ਕੰਮ ਕੀ ਸੀਗਾ? ਮਸੰਦਾਂ ਦਾ ਕੰਮ ਸੀਗਾ ਆਪਣੇ ਸਿੱਖਾਂ ਕੋਲੇ ਇਲਾਕੇ 'ਚ ਜਾਣਾ ਤੇ ਉੱਥੋਂ ਧਨ ਇਕੱਠਾ ਕਰਕੇ ਲਿਆਉਣਾ, ਤਾਂ ਕਿ ਸਰੋਵਰ ਬਣਾਏ ਜਾ ਸਕਣ, ਹੋਰ ਧਾਰਮਿਕ ਕਾਰਜ ਤੇ ਲੰਗਰ ਚਲਾਇਆ ਜਾ ਸਕੇ। ਠੀਕ ਹੈ, ਯਾਦ ਰੱਖ ਲਿਓ। ਕਿਹੜੇ ਗੁਰੂ ਨੇ ਕੀਤੀ ਹੈ ਤੇ ਕਿਹਨੇ ਅੰਤ ਕੀਤਾ, ਇਹ ਮਹੱਤਵਪੂਰਨ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਕਿਲ੍ਹਿਆਂ ਵਿੱਚੋਂ ਕਿਹੜਾ ਕਿਲ੍ਹਾ, ਜੋ ਕਿ ਪੰਜਾਬ ਵਿੱਚ ਨਹੀਂ ਹੈ, ਕੇਸਗੜ੍ਹ, ਫਤਿਹਗੜ੍ਹ, ਲੋਹਗੜ੍ਹ ਤੇ ਪਾਉਂਟਾ ਸਾਹਿਬ? ਲੋਹਗੜ੍ਹ ਕਿਲ੍ਹਾ ਪੁੱਛਿਆ ਸੀ ਵੀ ਕਿਹਨੇ ਬਣਾਇਆ, ਸਮਝ ਲੱਗਿਆ? ਪੇਪਰ 'ਚ ਆਇਆ ਹੋਇਆ ਸੀ ਲੋਹਗੜ੍ਹ ਦਾ ਕਿਲ੍ਹਾ ਕਿਹਨੇ ਬਣਾਇਆ, ਸਮਝ ਲੱਗੇ ਗੱਲ? ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ, ਸੋਰੀ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, 6ਵੇਂ ਗੁਰੂ, ਸਾਰਿਆਂ ਦੇ ਯੋਗਦਾਨ ਹੈ, ਢਹਿ ਜਾਂਦਾ ਸੀ ਦੁਆਰੇ ਬਣਾ ਲੈਂਦੇ ਸੀ। ਲੋਹਗੜ੍ਹ ਦਾ ਕਿਲ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਜੀ। ਪਾਉਂਟਾ ਸਾਹਿਬ ਜੀ, ਪਾਉਂਟਾ ਸਾਹਿਬ ਬਾਹਰ ਹੈ, ਪਾਉਂਟਾ ਸਾਹਿਬ 'ਚ ਇੱਕ ਛੋਟਾ ਜਿਹਾ ਕਿਲ੍ਹਾ ਬਣਾਇਆ ਗਿਆ ਸੀ, ਕਿਲ੍ਹਾਬੰਦੀ ਕੀਤੀ ਗਈ ਸੀਗੀ। ਕਿਲ੍ਹਾ ਮਤਲਬ ਐਂ ਨਾ ਸਮਝ ਲਓ ਬਠਿੰਡੇ ਆ ਕਿਲ੍ਹੇ ਦੇ ਨਾਲ ਦਾ ਕਿਲ੍ਹਾ, ਐਡਾ ਵੱਡਾ ਉਹ ਕਿਲ੍ਹਾ ਨਹੀਂ, ਜਾਂ ਦਿੱਲੀ ਦਾ ਲਾਲ ਕਿਲ੍ਹਾ, ਇਹ ਛੋਟੇ ਛੋਟੇ ਕਿਲ੍ਹੇ ਸੀਗੇ। ਹੈਂ? ਲੋਹਗੜ੍ਹ ਦਾ ਕਿਲ੍ਹਾ ਗੁਰੂ ਗੋਬਿੰਦ ਸਿੰਘ ਨੇ। ਗੁਰੂ ਸਿੱਖਾਂ ਵਿੱਚ ਸੰਤ ਸਿਪਾਹੀ ਦੀ ਉਪਾਧੀ ਕਿਹੜੇ ਗੁਰੂ ਨੂੰ ਮਿਲੀ ਹੋਈ ਹੈ? ਗੁਰੂ ਗੋਬਿੰਦ ਸਿੰਘ,
ਤੇ ਹਰਗੋਬਿੰਦ ਦੋਨਾਂ ਨੂੰ ਮਿਲੀ ਆ। ਸੰਤ ਵੀ ਤੇ ਸਿਪਾਹੀ ਵੀ ਦੋਨੇ ਕੰਮ, ਮੀਰੀ ਪੀਰੀ ਦੋਨੇ ਕੰਮ ਕੀਤੇ ਨੇ। ਦਸਵੇਂ ਗੁਰੂ ਨੇ ਵੀ ਮੀਰੀ ਪੀਰੀ ਚਲਾਈ ਆ ਬਰਾਬਰ ਬਾਈ, ਯਾਦ ਰੱਖਿਓ। ਸਮਝ ਲੱਗੇ ਗੱਲ? ਪ੍ਰਾਨ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਤ ਸਿਪਾਹੀ ਕਿਹਾ ਜਾਂਦਾ। ਸਮਝ ਲੱਗੇ ਗੱਲ? ਜੇ ਦੋਵੇਂ ਆਪਸ਼ਨਾਂ ਪਈਆਂ ਤਾਂ ਦੋਨੇ ਆਂਸਰ ਹੋਊਗਾ। ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਹੈ? ਪਹਿਲੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਨਾ ਭੰਗਾਣੀ ਦੀ ਲੜਾਈ, ਤੇ 1688 ਦੇ ਵਿੱਚ ਲੜੀ ਗਈ ਹੈ ਭੰਗਾਣੀ ਦੀ ਲੜਾਈ। 1688 ਚ ਲੜੀ ਗਈ ਹੈ, ਇਹ ਵੀ ਪੇਪਰ ਚ ਪੁੱਛ ਲੈਂਦੇ ਨੇ। ਤੇ ਪਹਾੜੀ ਰਾਜਿਆਂ ਨਾਲ ਲੜੀ ਗਈ ਹੈ, ਤੇ ਰਾਜਾ ਕਿਹੜਾ ਸੀ? ਭੀਮ ਚੰਦ। ਭੀਮ ਚੰਦ ਯਾਦ ਰੱਖਿਓ, ਨਾਂ ਵੈਰੀ ਵੈਰੀ ਇੰਪੋਰਟੈਂਟ ਹੈ ਜੀ। ਕਿਹੜੀਆਂ ਇਹ ਕਰਾਈ ਚੁੱਕੇ? ਅਗਲਾ ਕੁਐਸਚਨ ਸਿੱਖਾਂ ਤੇ ਹਿੰਦੂ ਰਾਜੇ। ਅਗਲਾ ਕੁਐਸਚਨ ਆਪਾਂ, ਭੰਗਾਣੀ ਦੀ ਲੜਾਈ ਕਦੋਂ ਲੜੀ ਗਈ? 1688 ਚ। ਨਦੌਣ ਦੀ ਲੜਾਈ ਕਿਹੜੀਆਂ ਸ਼ਕਤੀਆਂ ਵਿਚਕਾਰ ਲੜੀ ਗਈ ਆ? ਨਦੌਣ ਦੀ ਲੜਾਈ ਦੇ ਵਿੱਚ ਸਿੱਖ ਤੇ ਪਹਾੜੀ ਰਾਜੇ ਇਕੱਠੇ ਹੋ ਗਏ, ਤੇ ਦੂਜੇ ਪਾਸੇ ਮੁਗਲ ਸੀ ਸਿੱਖਾਂ ਦੀ ਮਦਦ ਲਈ। ਇਹ ਆਂਸਰ ਆਪਣਾ ਕੀ ਆਊਗਾ? ਈਡੀ। ਦੂਜੀ ਲੜਾਈ ਹੈ। ਅੱਛਾ, ਪ੍ਰੀ ਖਾਲਸੇ ਦੀਆਂ ਲੜਾਈਆਂ ਜੇ ਕਹਿਣ, ਖਾਲਸੇ ਦੀ ਸਥਾਪਨਾ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਲੜਾਈਆਂ ਲੜੀਆਂ ਗਈਆਂ? ਤਾਂ ਦੋ ਹੀ ਲੜੀਆਂ ਗਈਆਂ। ਹਾਂਜੀ ਹਾਂਜੀ, ਇਹ 90 ਚ ਲੜੀ ਗਈਆਂ, ਤੇ 88 ਚ ਭੰਗਾਣੀ ਤੇ ਨਦੌਣ ਦੀ ਲੜਾਈ। ਇਹ ਦੋ ਲੜਾਈਆਂ ਪਹਿਲਾਂ ਲੜੀਆਂ ਗਈਆਂ ਨੇ ਜੀ। ਅਗਲਾ, ਪਹਾੜੀ ਰਾਜਾ ਨੇ ਗੁਰੂ ਗੋਬਿੰਦ ਸਿੰਘ ਜੀ ਕਿਹੜੀ ਲੜਾਈ ਵਿੱਚ ਸਾਥ ਦਿੱਤਾ? ਨਦੌਣ ਦੀ ਲੜਾਈ ਚ। ਨਦੌਣ ਦਾ ਯੁੱਧ ਕਦੋਂ ਲੜਿਆ ਗਿਆ? 1690 ਚ। ਰਿਵੀਜ਼ਨ ਹੀ ਆ ਇਹ ਤਾਂ, ਬਸ ਆਪਣੀ ਦੱਬੀ ਤੁਰਿਆ, ਬਸ ਇੱਥੋਂ ਹੀ ਚੱਕਣਾ ਕੁਐਸਚਨ ਸਿੱਧਮ ਸਿੱਧਾ। ਆਈ ਇੰਨਾ ਵੀ ਫਰਕ ਨਹੀਂ ਪੈਂਦਾ, ਇੱਕ ਸ਼ਬਦ ਵੀ ਅੱਗੇ ਪਿੱਛੇ ਕਰ ਜਾਣ, ਮੈਂ ਤੁਹਾਨੂੰ ਪਹਿਲਾਂ ਦੱਸੀ ਜਾਂਦਾ। ਗੁਰੂ ਗੋਬਿੰਦ ਸਿੰਘ ਦੀ ਕਿਹੜੀ ਰਚਨਾ ਤੋਂ ਉਹਨਾਂ ਦੇ ਜੀਵਨ ਦਰਸ਼ਨ ਦਾ ਪਤਾ ਲੱਗਦਾ ਹੈ? ਹਾਂਜੀ, ਮਤਲਬ ਆਟੋਬਾਇਓਗ੍ਰਾਫੀ ਦੱਸਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਸ਼ਾਬਾਸ਼, ਵਿਚਿੱਤਰ ਨਾਟਕ, ਵਿਚਿੱਤਰ ਨਾਟਕ ਤੋਂ ਪਤਾ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਗੁਰਗੱਦੀ ਤੇ ਬੈਠਣ ਸਮੇਂ ਕਿੰਨੀ ਉਮਰ ਸੀਗੀ? 8 ਸਾਲ, 9 ਸਾਲ, 11 ਸਾਲ? ਸ਼ਾਬਾਸ਼, 9 ਸਾਲ। 1966 ਦੇ ਵਿੱਚ ਤਾਂ ਉਹ ਪੈਦਾ ਹੋਏ ਨੇ, ਤੇ 1975 ਚੋਂ ਗੁਰਗੱਦੀ ਤੇ ਬਹਿ ਗਏ, ਕਿਉਂਕਿ 75 ਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਤਾ। ਆਂਸਰ ਆਪਣਾ ਕੀ ਆ? 9 ਸਾਲ। ਮੁਗਲਾਂ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਆਖਰੀ ਯੁੱਧ ਕਿਹੜਾ ਸੀ? ਮੁਗਲਾਂ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਆਖਰੀ ਯੁੱਧ ਕਿਹੜਾ ਸੀ? ਹਾਂਜੀ, ਕਮੈਂਟ ਕਰ ਦਿਓ, ਕਮੈਂਟ ਜਿਹੜੇ ਬੈਠੇ ਨੇ। ਆਨੰਦਪੁਰ ਦੀ ਕਿਹੜੀ ਆਖਰੀ ਖਦਰਾਣੇ ਦੀ ਲੜਾਈ ਜੀ, ਡੇਟ ਦੱਸ ਸਕਦੇ ਹੋ? ਭੁੱਲ ਗਏ? 1705। ਪੰਜ ਜਾਂ ਛੇ ਹੋ ਸਕਦਾ, ਮੈਨੂੰ ਲੱਗਦਾ ਵੀ ਫਰਵਰੀ ਦੀ 6 ਦੇ ਵਿੱਚ ਮੈਨੂੰ ਆਇਆ ਹੈ। ਛੇ ਆ ਯਾਰ, ਮੇਰੇ ਹਿਸਾਬ ਨਾਲ 6 ਡੇਟ ਆਊਗੀ ਇਹਦੀ, ਕਿਉਂਕਿ ਜਨਵਰੀ ਦਾ ਮਹੀਨੇ ਦੇ ਵਿੱਚ ਲੜੀ ਗਈ ਆ। 6 ਹੋਊਗੀ ਇਹ, ਠੀਕ ਹੈ।
ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ? 52 ਸੈਨਾਪਤੀ ਤੇ ਨੰਦ ਲਾਲ ਨੂਰਪੁਰੀ ਮਸ਼ਹੂਰ ਨੇ ਜਿਹੜੇ। ਤਾਂ ਗੁਰੂ ਜੀ ਬਾਰੇ ਜਿਹੜੀਆਂ ਬਹੁਤੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ ਨੇ ਇਹਨਾਂ ਤੋਂ ਮਿਲੀਆਂ ਨੇ। ਚਾਰ ਸਾਹਿਬਜ਼ਾਦਿਆਂ ਦੀ ਉਮਰ ਦੇ ਅਨੁਸਾਰ ਸਹੀ ਕਰਮ ਲਿਖੋ ਜੀ। ਹਾਂਜੀ, 2 ਯਾਦ ਰੱਖ ਲਓ, ਵੱਡਾ ਤੇ ਛੋਟਾ ਯਾਦ ਰੱਖ ਲਓ, ਅਜੀਤ, ਠੀਕ ਹੈ, ਤੇ ਜੁਝਾਰ ਸਿੰਘ ਦੂਜੇ ਨੰਬਰ ਤੇ ਨੇ, ਤੇ ਜੋਰਾਵਾਰ ਸਿੰਘ ਤੇ ਫਤਿਹ ਸਿੰਘ। ਠੀਕ ਹੈ, ਜੀਤ ਤੇ ਫਤਿਹ ਸਿੰਘ ਯਾਦ ਰੱਖ ਲਿਓ। ਤੇ ਇਹਨਾਂ ਵਿੱਚੋਂ 3 ਅੱਖਰਾਂ ਦੇ ਵਿੱਚ ਪੈਂਦਾ, ਕਈ ਵਾਰੀ ਭੁੱਲ ਜਾਂਦੇ ਆ, ਬਹੁਤ ਕੁਐਸਚਨ ਕਰਨੇ ਆ, ਕੋਈ ਥੋੜੇ ਮੋਟੇ ਥੋੜਾ ਹੀ ਨਾ, 4-5 ਹਜ਼ਾਰ ਕੁਐਸਚਨ ਆ ਜੀ ਕਿਹਦਾ, ਐ ਨਹੀਂ ਯਾਦ ਰਹਿੰਦਾ। ਸਮਝ ਲੱਗੇ ਗੱਲ? ਸਵੇਰੇ ਬਦਾਮ ਖਾਇਆ ਕਰੋ ਰਾਤ ਨੂੰ ਭਿਉਂ ਕੇ, ਅਖਰੋਟ ਤੇ ਬਦਾਮ, ਦਿਮਾਗ ਦੇ ਨਰਵ ਸੈੱਲ ਆ ਜਿਹੜੇ ਉਹਨਾਂ ਨੂੰ ਤਾਕਤ ਮਿਲਦੀ ਆ, ਮੈਮਰੀ ਵੱਧਦੀ ਆ। ਧੱਕੇ ਖਾਣ ਨਾਲ ਅਕਲ ਆਉਂਦੀ ਆ, ਮੈਮਰੀ ਨਹੀਂ ਆਉਂਦੀ, ਇਹ ਮੈਮਰੀ ਚ ਟਿਕਣੇ ਆ, ਡਿਸੀਜਨ ਮੇਕਿੰਗ ਪਾਵਰ ਬਣਦੀ ਆ, ਧੱਕੇ ਖਾਣ ਨਾਲ ਡਿਸੀਜਨ ਲੈਣਾ ਦੀ ਪਾਵਰ, ਸ਼ੰਕਤਾ ਜਿਹੜੀ ਉਹ ਵੱਧਦੀ ਆ ਬੰਦੇ ਨੂੰ ਕਿ ਮੈਂ ਕਿਹੜਾ ਫੈਸਲਾ ਲੈਣਾ ਚਾਹੀਦਾ। ਦੇਹ ਸ਼ਿਵਾ ਬਰ ਮੋਹੇ, ਇਹੋ ਸ਼ੁਭ ਕਰਮ ਤੇ ਕਬੂ ਨਾ ਕਰੂ, ਕਿਹੜੇ ਗੁਰੂ ਦੇ ਵਾਕ ਨੇ ਜੀ? ਇੱਕ ਸ਼ਬਦ ਬਹੁਤ ਮਸ਼ਹੂਰ ਹੈ, ਇੱਕ ਪੇਪਰਾਂ ਚ ਮੈਂ ਬਹੁਤ ਵਾਰੀ ਦੇਖਿਆ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਇਹ ਸ਼ਬਦ ਕਿਹੜੇ ਗੁਰੂ ਦੇ ਆ? ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਆ। ਜਦੋਂ ਬੇਈ ਨਦੀ ਦੇ ਵਿੱਚੋਂ ਬਾਹਰ ਨਿਕਲਦੇ ਸੁਲਤਾਨਪੁਰ ਲੋਧੀ ਤੋਂ, ਤਾਂ ਬਾਹਰ ਨਿਕਲਣ ਸਾਲ 3 ਦਿਨ ਵਿੱਚ ਹੀ ਰਹੇ। ਹੁਣ ਠੀਕ ਹੈ, ਤਾਂ ਆਪਾਂ ਪੂਜਾ ਕਰੀ ਜਾਂਦੇ ਹਾਂ, ਉਸ ਟਾਈਮ ਤੇ ਗੁਰੂਆਂ ਨੂੰ ਤਾਂ ਕਮਲੇ ਹੀ ਦੱਸਦੇ ਸੀਗੇ, ਗੁਰੂ ਗੋਬਿੰਦ ਸਿੰਘ ਨੂੰ ਗੁਜਰੀ ਦਾ ਕਮਲਾ ਦੱਸਦੇ ਸੀਗੇ, ਤੇ ਬਾਬਾ ਨਾਨਕ ਨੂੰ ਵੀ ਕਮਲਾ ਹੀ ਦੱਸਦੇ ਸੀ, ਵੀ ਡੁੱਬ ਗਿਆ, ਨਹਾਉਣ ਗਿਆ ਸੀ, 3 ਦਿਨ ਹੋ ਗਏ, ਮੁੜਿਆ ਹੀ ਨਹੀਂ। ਨਾਨਕੀ ਵਿਚਾਰੀ ਜਾ ਵੜਦੀ ਆ, ਆ ਜਾਂਦੀ ਆ, ਜੈਰਾਮ ਰੋਟੀਆਂ ਫੜਾਇਆ ਆਉਂਦਾ, ਬੈਠੇ ਰਹਿੰਦੇ ਨੇ, ਚੁੰਬੀ ਮਾਰੀ, ਕਿਸੇ ਪਾਸੇ ਹੋਰ ਜੰਗਲ ਜੁੰਗਲ ਚ ਜਾ ਪਿਆ ਹੋਊਗਾ, ਜੇ ਆਪਾਂ ਸਹਿਣ ਦੇ ਨਾਲ ਤੇ ਕਰਕੇ 3 ਦਿਨ ਵਿੱਚ ਰਹਿਣਾ ਤਾਂ ਮੁਸ਼ਕਲ ਹੈ। ਚਲੋ ਸਿੱਖ ਧਰਮ ਦੀ ਭਾਵਨਾਵਾਂ ਦੇ ਨਾਲ ਵੀ 3 ਦਿਨਾਂ ਬਾਅਦ ਗੁਰੂ ਜੀ ਬਾਹਰ ਆਉਂਦੇ ਨੇ, ਘਰੇ ਆਉਂਦੇ ਨੇ, ਬਾਹਰ ਆਉਂਦੇ ਨੇ, ਉਧਰ ਤਾਂ ਕਿਰਿਆ ਕਰਨ ਤਿਆਰ ਹੀ ਹੁੰਦਾ ਕਰਨ ਵਾਸਤੇ, ਤਾਂ ਗੁਰੂ ਜੀ ਆ ਪਹੁੰਚਦੇ ਨੇ, ਇਨਲਾਈਟਮੈਂਟ ਮਿਲਦੀ ਆ, ਜਿਵੇਂ ਬੁੱਧ ਨੂੰ ਮਿਲਦੀ ਹੈ, ਮਹਾਤਮਾ ਬੁੱਧ, ਮਹਾਤਮਾ ਮਹਾ ਜੈਨ ਵੀਰ ਹੋ ਗਏ, ਜੈਨੀ, ਉਸੇ ਤਰੀਕੇ ਦੇ ਨਾਲ। ਪੂਰਵ ਖਾਲਸਾ ਕਾਲ ਵਿੱਚ ਕਿਹੜੀ ਲੜਾਈ ਲੜੀ ਸੀ? ਇਹ ਤਾਂ ਹੋ ਚੁੱਕਿਆ, ਰਿਪੀਟਡਲੀ ਕੁਐਸਚਨ ਆਪਣਾ। ਖਾਲਸਾ ਪੰਥ ਦੀ ਸਥਾਪਨਾ ਕਿਹੜੇ ਕਿਲੇ ਵਿੱਚ ਕੀਤੀ ਗਈ? ਹਾਂਜੀ, ਆਨੰਦਪੁਰ ਸਾਹਿਬ ਆ ਜੇ, ਕੇਸਗੜ੍ਹ ਆ ਜੇ, ਮਾਖੋਵਾਲ ਆ ਜੇ, ਇੱਕ ਹੀ ਗੱਲ ਹੈ। ਕੇਸਗੜ੍ਹ ਦਾ ਕਿਲਾ ਸੀ, ਮਾਖੋਵਾਲ ਪੁਰਾਣਾ ਨਾਮ ਆਨੰਦਪੁਰ ਸਾਹਿਬ ਦਾ, ਠੀਕ ਹੈ, ਯਾਦ ਰੱਖਿਓ। ਹੈਂ, ਕਿਲਾ ਪੁੱਛਿਆ ਪੁੱਤ, ਆਨੰਦਪੁਰ ਕਿਲਾ ਨਹੀਂ ਹੈਗਾ, ਇਹਨਾਂ ਨੇ ਕਿਲਾ ਪੁੱਛਿਆ। ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ? 13 ਅਪ੍ਰੈਲ 1699 ਨੂੰ। ਕਿੱਥੇ ਹੈ?
ਚਲੋ ਕੋਈ ਗੱਲ ਨਹੀਂ। ਧਾਰਮਿਕ ਸਿੱਖ ਧਰਮ ਦੇ ਜਿਹੜੇ ਵਿਦਵਾਨ ਨੇ, ਧਾਰਮਿਕ ਲੋਕ ਨੇ ਉਹ ਇਹਨੂੰ ਮੰਨਦੇ ਨੇ, ਜਿਹੜੇ ਸੈਂਟੀਫਿਕ ਲੋਕ ਨੇ ਉਹ ਇਹਨੂੰ ਮੰਨਦੇ ਨੇ, ਜਿਨ੍ਹਾਂ ਨੇ ਕੱਢ ਕੇ ਦੇਖੀ ਹੈ। ਨਹੀਂ, ਜ਼ਿਆਦਾਤਰ ਤਾਂ ਆਂਸਰ ਇਹੀ ਮੰਨਿਆ ਗਿਆ, ਪਰ ਜੇ ਨਾ ਹੋਇਆ ਤਾਂ ਤੁਸੀਂ ਆਹ ਲਾ ਦਿਓ, ਏਦਾਂ ਦਾ ਕੁਐਸਚਨ ਆਉਂਦਾ ਨਹੀਂ, ਮੁਸ਼ਕਲ ਹੈ, ਮੈਨੂੰ ਨਹੀਂ ਲੱਗਦਾ। ਤੇ ਆ ਗਿਆ, ਕੋਈ ਗੱਲ ਨਹੀਂ, ਫਿਰ ਇਹ ਨੰਬਰ ਸਾਰਿਆਂ ਨੂੰ ਮਿਲ ਜੂਗਾ, ਸਮਝ ਲੱਗੇ ਗੱਲ। ਫਿਰ ਇਹ ਕਾਹਦੇ ਚ ਜਾਊਗਾ, ਅਬਜੈਕਸ਼ਨ ਤੇ ਚਲਾ ਜਾਊਗਾ। ਹਾਂ, ਬਥੇਰੇ ਜਾਂਦੇ ਨੇ, ਕਿਉਂ ਮੈਂ ਤੁਹਾਨੂੰ ਪਤਾ ਹੀ ਆ, ਵਿਦਵਾਨਾਂ ਨੇ ਤਾਂ ਚੱਕ ਚੱਕ ਹੀ ਪਾਉਣੇ ਹੁੰਦੇ ਆ। ਪੰਜਾਬੀ ਦੇ 8 ਕੁਐਸਚਨ ਤੇ ਅਬਜੈਕਸ਼ਨ ਪਈ, 8ਾਂ ਚੋਂ 7 ਕੁਐਸਚਨ ਸਹੀ ਕੀਤੇ ਅਬਜੈਕਸ਼ਨ ਚ ਡਿਪਾਰਟਮੈਂਟ ਨੇ, ਪੰਜਾਬੀ ਮਾਸਟਰ ਗ੍ਰੇਡਰ ਦੇ 150 ਚੋਂ। ਖਾਲਸਾ ਪੰਥ ਦੀ ਸਥਾਪਨਾ ਕਿਹੜੇ ਸਥਾਨ ਤੇ ਕੀਤੀ ਗਈ ਸੀ? ਅਨੰਦਪੁਰ ਸਾਹਿਬ ਜੀ, ਮਾਖੋਵਾਲ ਤੋਂ ਪਹਿਲਾਂ ਅਨੰਦਪੁਰ ਉਹਦਾ ਨਾਂ ਪੈ ਚੁੱਕਿਆ ਸੀਗਾ, ਮਾਖੋਵਾਲ ਪੁਰਾਣਾ ਨਾਮ ਸੀਗਾ, ਸਮਝ ਲੱਗੇ ਗੱਲ। ਅਨੰਦਪੁਰ ਸਾਹਿਬ ਮਾਖੋਵਾਲ ਪਹਿਲਾਂ ਸੀ, ਪਹਿਲਾਂ ਉਹਨੂੰ ਮਾਖੋਵਾਲ ਕਹਿੰਦੇ ਸੀ, ਹੁਣ ਉਹਦਾ ਅਨੰਦਪੁਰ ਸਾਹਿਬ ਨਾਮ ਧਰਿਆ ਗਿਆ ਸੀਗਾ। ਆਂਸਰ ਅਨੰਦਪੁਰ ਸਾਹਿਬ ਸਟਰੋਂਗ ਆ ਜੀ, ਇਹ ਬਣੂਗਾ। ਖਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਕਾਰਨ ਕਿਹੜਾ ਸੀਗਾ? ਔਰੰਗਜ਼ੇਬ ਦੀ ਧਾਰਮਿਕ ਕੱਟੜਤਾ, ਸਿੱਖ ਧਰਮ ਦੀ ਰੱਖਿਆ, ਪਹਾੜੀ ਰਾਜਾਂ ਦੀ ਵਿਰੋਧਤਾ ਨੂੰ ਰੋਕਣਾ, ਸ਼ਕਤੀਸ਼ਾਲੀ ਸੰਗਠਨ ਦੀ ਲੋੜ ਜੀ। ਹਾਂਜੀ, ਕਿਹੜਾ ਆਂਸਰ ਬਣੂਗਾ ਕਮੈਂਟ ਕਰ ਦਿਓ। ਸ਼ਕਤੀਸ਼ਾਲੀ ਸੰਗਠਨ ਕਰਨਾ ਜੀ, ਸਿੱਖ ਧਰਮ ਦੀ ਰੱਖਿਆ ਕਰਨਾ, ਔਰੰਗਜ਼ੇਬ ਦੀ ਧਾਰਮਿਕ ਕੱਟੜਤਾ, ਪਹਾੜੀ ਰਾਜਾਂ ਦੀ ਵਿਰੋਧਤਾ ਨੂੰ ਰੋਕਣਾ, ਇਹ ਸਟਰੋਂਗ ਨਹੀਂ ਹੈਗੇ, ਸਟਰੋਂਗ ਆਂਸਰ ਹੈ ਸੰਗਠਨ। ਸੰਗਠਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਸੀਗਾ, ਠੀਕ ਹੈ। ਇੱਕ ਪ੍ਰੋਪਰ ਵੱਡੀ ਸਮੱਸਿਆ ਆ ਰਹੀ ਸੀਗੀ ਕਿ ਇਹ ਨਹੀਂ ਪਤਾ ਲੱਗਦਾ ਸੀ ਹਿੰਦੂ ਕਿਹੜਾ, ਸਿੱਖ ਕਿਹੜਾ, ਮੁਸਲਮਾਨ ਕਿਹੜਾ। ਇੱਕ ਵੱਖਰੀ ਆਪਣੀ ਆਪਣੇ ਸ਼ਰਧਾਲੂਆਂ ਨੂੰ ਇੱਕ ਵੱਖਰੀ ਆਇਡੈਂਟੀਟੀ ਦੇਣ ਦੇ ਲਈ, ਵੀ ਆਹਾ ਸਿੱਖ ਹੈ, ਆਹ ਮੇਰੇ ਮੇਰੇ ਚੇਲੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਆਹਾ, ਸਮਝ ਲੱਗੇਗਾ। ਪਹਿਲਾਂ ਪਤਾ ਹੀ ਨਹੀਂ ਲੱਗਦਾ ਸੀਗਾ। ਤਾਂ ਮੇਨ ਆ ਜੀ ਸੱਸਾ, ਕਿਹਦਾ ਹਾਂ, ਕਿਹੜਾ ਕਾਰਨ ਸੀ? ਅਨੰਦਪੁਰ ਸਾਹਿਬ ਦੇ ਸਥਾਨ ਤੇ ਹੋਈ ਹੈ। ਤਲਵੰਡੀ ਸਾਬੋ ਦੇ ਵਿੱਚ ਤਾਂ ਭਾਈ ਦਸਮ ਗ੍ਰੰਥ ਲਿਖਿਆ ਗਿਆ, ਖਾਲਸਾ ਪੰਥ ਦੀ ਸਥਾਪਨਾ ਤਾਂ 99 ਚ ਹੋਈ ਆ। ਤਲਵੰਡੀ ਸਾਬੋ ਤਾਂ ਗੁਰੂ ਜੀ ਲਗਭਗ 6-7 ਚ ਆਏ ਨੇ, 1700 ਚ, 7-8 ਸਾਲ ਬਾਅਦ ਚ ਆਏ ਨੇ ਤਲਵੰਡੀ ਸਾਬੋ ਤਾਂ ਗੁਰੂ ਜੀ। ਹਾਂ, ਉਹ ਤਾਂ ਅਨੰਦਪੁਰ ਤੋਂ ਚਮਕੌਰ, ਦੀਨੇ ਕਾਂਗੜ ਹੁੰਦੇ ਹੋਏ ਫਿਰ ਖਦਰਾਣੇ ਮੁਕਤਸਰ ਗਏ ਨੇ। ਗੁਰੂ ਗ੍ਰੰਥ ਸਾਹਿਬ ਭਾਈ, ਗੁਰੂ ਗ੍ਰੰਥ ਸਾਹਿਬ ਆ ਜਿਹੜਾ, ਇਹ 2 ਵਾਰੀ ਲਿਖਿਆ ਗਿਆ। ਇੱਕ ਵਾਰੀ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਤੋਂ ਲਿਖਾਇਆ ਸੀਗਾ, 5ਵੇਂ ਗੁਰੂ ਨੇ ਲਿਖਵਾਇਆ, ਠੀਕ ਹੈ। ਤੇ ਉਸ ਤੋਂ ਬਾਅਦ ਇਹ 'ਚ 5 ਗੁਰੂਆਂ ਦੀ ਬਾਣੀ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ, ਕਹਿੰਦੇ ਵੀ ਗ੍ਰੰਥ ਸਾਹਿਬ ਇਹ ਜਾਵੜਿਆ ਸੀਗਾ ਕੀਰਤਪੁਰ, ਕੀਰਤਪੁਰ ਦੇ ਵਿੱਚ ਇਹਦੀ ਮੇਨ ਬੀੜ ਸੀਗੀ ਜਿਹੜੀ ਤਿਆਰ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਨੂੰ ਦੇਤੀ, 6ਵੇਂ ਗੁਰੂ ਨੂੰ, ਹਰਗੋਬਿੰਦ ਨੂੰ। ਉਹਦੇ ਅੱਗੇ ਬੇਟੇ ਸੀਗੇ, ਉਹਨਾਂ ਚੋਂ ਇੱਕ
ਬੇਟੇ ਉਹਨਾਂ ਦੇ ਜਿਹੜੇ ਸੀਗੇ ਨਾ, ਨਾਮ ਮੇਰੇ ਚੋਂ ਸਲਿਪ ਹੋ ਗਿਆ ਇਹਨਾਂ ਦਾ, ਜਿਵੇਂ ਮੀਨੇ ਸੀ ਉਹਨਾਂ ਦੀ ਤਰ੍ਹਾਂ ਸੀਗੇ, ਉਹਨਾਂ ਨੇ ਬੀੜ ਆ ਜਿਹੜੀ ਉੱਥੇ ਰੱਖ ਲਈ। ਤੇ ਜਦੋਂ ਗੁਰੂ ਜੀ ਇੱਥੇ ਤਲਵੰਡੀ ਪਹੁੰਚੇ, ਉਹ ਕਹਿੰਦੇ ਵੀ ਆਪਾਂ ਹੁਣ ਸਾਹਿਤਕ ਕਾਰਾਂ ਜਿਹੜੀਆਂ ਕਿਰਿਆਵਾਂ ਉਹ ਕਰਨੀਆਂ ਨੇ, ਤੇ ਤੁਸੀਂ ਪੋਥੀ ਸਾਹਿਬ ਲੈ ਕੇ ਆਓ। ਉਦੋਂ ਪਹਿਲਾਂ ਪੋਥੀ ਸਾਹਿਬ ਕਹਿੰਦੇ ਸੀ। ਤਾਂ ਉੱਥੇ ਜਦੋਂ ਭੇਜੇ ਗਏ ਤੇ ਉਹਨਾਂ ਨੇ ਜਵਾਬ ਦੇਤਾ ਵੀ ਤੁਹਾਡੇ ਗੁਰੂ ਆਪੇ ਲਿਖ ਲੈਣ। ਤਾਂ ਫਿਰ ਦੁਬਾਰਾ ਗੁਰੂ ਜੀ ਨੇ ਪੋਥੀਆਂ ਤੋਂ ਬਾਣੀ ਚੱਕੀ ਤੇ ਦੁਬਾਰਾ ਲਿਖਿਆ, ਤੇ ਨਾਲੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਨਵੇਂ ਐਡ ਕਰਤੇ ਦੇ ਤਲਵੰਡੀ ਵਿਖੇ, ਤਲਵੰਡੀ ਸਾਹਿਬ। ਤੇ ਜੇ ਤੁਸੀਂ ਦੇਖੋਗੇ ਤਾਂ ਹੀ ਤਾਂ ਉੱਥੇ ਗੁਰਦੁਆਰਾ ਜਿੱਥੇ ਲਿਖਿਆ ਗਿਆ ਉੱਥੇ ਗੁਰਦੁਆਰਾ ਲਿਖਣਸਾਰ ਸਾਹਿਬ ਬਣਾਇਆ ਗਿਆ। ਤੇ ਕਮਾਲ ਦੀ ਗੱਲ ਇਹ ਆ ਵੀ ਜਿਹੜੀ ਇਹ ਕੰਮ ਪਤਾ ਕਿਹਨੇ ਕੀਤਾ, ਪੇਪਰ 'ਚ ਪੁੱਛ ਲੈਣਗੇ ਸ਼ਾਇਦ ਇਹ ਕੁਐਸਚਨ ਨਾ ਹੋਵੇ ਵੀ ਲਿਖਾਇਆ ਕਿਹਨੇ ਆ, ਗੁਰੂ ਗੋਬਿੰਦ ਸਿੰਘ ਨੇ ਤੇ ਲਿਖਿਆ ਕਿਹਨੇ ਆ, ਭਾਈ ਮਨੀ ਸਿੰਘ ਨੇ, ਰਾਈਟਿੰਗ ਮਨੀ ਸਿੰਘ ਦੀ ਆ। ਪਰ ਜ਼ਿੰਮੇਵਾਰੀ ਕਿਹਦੀ ਸੀਗੀ, ਜ਼ਿੰਮੇਵਾਰੀ ਭਾਈ ਦੀਪ ਸਿੰਘ ਜੀ ਦੀ। ਭਾਈ ਦੀਪ ਸਿੰਘ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਸਪੈਸ਼ਲ ਅੰਮ੍ਰਿਤਸਰੋਂ ਬੁਲਾਇਆ ਗਿਆ। ਦੀਪ ਸਿੰਘ ਮਨੀ ਸਿੰਘ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸਿੱਧਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਛਕਿਆ। ਤਾਂ ਸਿੱਖ ਭੇਜ ਕੇ ਉਹਨੂੰ ਅੰਮ੍ਰਿਤਸਰੋਂ ਬੁਲਾਇਆ ਗਿਆ, ਅੰਮ੍ਰਿਤਸਰ ਦੇ ਕੋਲੇ ਪਿੰਡ 'ਚ ਰਹਿੰਦੇ ਸੀ ਵੀ ਆ। ਤਾਂ ਸਾਰਾ ਕੰਮ ਇਹਨਾਂ ਨੇ ਦੋ ਬੰਦਿਆਂ ਨੇ ਕੀਤਾ। ਇੱਕ ਵਾਰੀ ਜਿਹੜੀ ਪੈਨਸਲ ਨੂੰ ਘੜ ਕੇ ਲਿਖ ਲੈਂਦੇ ਸੀ, ਉਸ ਤੋਂ ਬਾਅਦ ਉਹਨੂੰ ਤਲਾ 'ਚ ਸਿੱਟ ਦਿੰਦੇ ਸੀ, ਤਾਰ ਦਿੰਦੇ ਸੀ, ਸ਼ਾਹੀ ਪਾ ਦਿੰਦੇ ਸੀ, ਦੁਬਾਰਾ ਉਹਨੂੰ ਘੜਦੇ ਨਹੀਂ ਸੀ, ਯੂਜ਼ ਨਹੀਂ ਕਰਦੇ ਸੀਗੇ। ਠੀਕ ਹੈ, ਤਾਂ ਹੀ ਉੱਥੇ ਹੁਣ ਵੀ ਉੱਥੇ ਜਾ ਕੇ ਰਾਈਟਿੰਗਾਂ ਕੀਤੀਆਂ ਜਾਂਦੀਆਂ, ਗੁਰਮੁਖੀ ਆ ਜੂਗੀ। ਤਾਂ ਮਤਲਬ ਇੱਥੇ ਗੁਰੂ ਨੇ ਬਚਨ ਦਿੱਤੇ ਸੀਗੇ ਵੀ ਇਹ ਵਿੱਦਿਆ ਦਾ ਕੇਂਦਰ ਬਣੂਗਾ ਜੀ। ਬੇਟਾ ਵਿਸਾਖੀ ਤਾਂ ਸਮਝਦੇ ਨੀ ਤੁਸੀਂ? ਹਾਂ, ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਇੱਥੇ ਮਨਾਓ, ਸਮਝ ਲੱਗੀ ਗੱਲ? ਸੋ ਉਹਨਾਂ ਦੇ ਬਚਨ ਹੈ, ਵਿਸਾਖੀ ਹੈ ਜਿਹੜੀ ਉਹ ਇੱਥੇ ਮਨਾਈ ਜਾਂਦੀ ਤਲਵੰਡੀ ਸਾਬੋ 'ਚ। ਉਹਦੇ ਨਾਲ ਤਲਵੰਡੀ ਸਾਬੋ ਦਾ ਉਹਦੇ ਨਾਲ ਕੋਈ ਨਹੀਂ ਹੈਗਾ ਵੀ ਇੱਥੇ ਅੰਮ੍ਰਿਤ ਛਕਾਇਆ ਗਿਆ। ਅੰਮ੍ਰਿਤ ਤਾਂ ਚਲੋ ਹਰੇਕ ਥਾਂ ਤੇ ਛਕਾਇਆ ਜਿੱਥੇ ਗੁਰੂ ਗਏ ਨੇ, ਪਰ ਜਿਹੜਾ ਪਹਿਲਾ ਅੱਖਰ ਹੈ ਉਹ ਅਨੰਦਪੁਰ ਸਾਹਿਬ 'ਚ ਛਕਾਇਆ। ਖਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਕਾਰਨ ਸ਼ਕਤੀਸ਼ਾਲੀ ਸੰਗਠਨ ਦੀ ਜ਼ਰੂਰਤ ਜੀ। ਖਾਲਸਾ ਪੰਥ ਦੀ ਸਥਾਪਨਾ ਸਮੇਂ ਕਿੰਨੇ ਪਿਆਰਿਆਂ ਦੀ ਚੋਣ ਹੋਈ ਜੀ? ਪੰਜ ਪਿਆਰਿਆਂ ਦੀ ਚੋਣ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕਿਹੜੇ ਯੁੱਧ ਵਿੱਚ ਸ਼ਹੀਦ ਹੋਏ? ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਆ ਜੀ। ਸਮਝ ਲੱਗੇ ਗੱਲ? ਚਮਕੌਰ ਦੀ ਜੰਗ ਨਹੀਂ, ਦੂਜੇ ਤਾਂ ਸਰਹੰਦ ਵਿਖੇ ਕੀਤੇ ਗਏ ਨੀਹਾਂ 'ਚ। ਇਹ ਅਨੰਦਪੁਰ ਦੀ ਦੂਜੀ ਲੜਾਈ ਤੋਂ ਬਾਅਦ, ਅਨੰਦਪੁਰ ਦੀ ਜਦੋਂ ਦੂਜੀ ਲੜਾਈ ਹੋਈ ਉਸ ਤੋਂ ਬਾਅਦ ਚਮਕੌਰ ਆਏ ਨੇ। ਚਮਕੌਰ ਦੀ ਲੜਾਈ ਤੋਂ ਬਾਅਦ ਖਿਦਰਾਣੇ ਜਾਂਦੇ ਨੇ, ਖਿਦਰਾਣੇ ਦੀ ਲੜਾਈ ਇਸ ਤੋਂ ਬਾਅਦ ਹੁੰਦੀ ਆ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਕਿਹੜੇ ਫੌਜਦਾਰ ਨੇ ਚਿਣਾਇਆ ਸੀਗਾ? ਵਜ਼ੀਰ ਖਾਨ ਨੇ। ਆਂਸਰ ਆਪਣਾ ਉੜਾ। ਖਿਦਰਾਣੇ ਦੇ ਯੁੱਧ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤਿਆਂ ਦਾ ਸਰਦਾਰ ਕੌਣ ਸੀਗਾ? ਭਾਈ ਮਹਾ ਸਿੰਘ। ਭਾਈ ਮਹਾ ਸਿੰਘ, ਭਾਈ ਮਹਾ ਸਿੰਘ ਨੂੰ ਲਿਜਾਣ ਵਾਲੀ ਔਰਤ ਕੌਣ ਸੀ? ਕੁਐਸਚਨ ਦਾ ਤੁਹਾਡੇ ਯਾਦ ਨਹੀਂ ਰਹਿੰਦਾ ਯਾਰ, ਕਹਾਣੀਆਂ ਯਾਦ ਬਹੁਤ ਰੱਖਦੇ ਹੋ। ਮਾਈ ਭਾਗੋ। ਮਾਈ ਭਾਗੋ ਵੀ ਇੱਥੇ ਲੜਦੀ ਆ ਬਈ, ਖਦਰਾਣੇ ਦੀ ਢਾਬ ਜੇ ਪੁੱਛ ਲੈਣ, ਸਿੱਖ ਧਰਮ ਦੀ ਇੱਕ ਔਰਤ ਜਿਹੜੀ ਲੜ ਰਹੀ ਹੈ, ਮਾਈ ਭਾਗੋ ਖਦਰਾਣੇ ਦੀ
ਖਦਰਾਣੇ ਦੀ ਜੰਗ ਚ ਲੜਦੀ ਹੈ, ਇਹ ਕੁਐਸਚਨ ਪੁੱਛ ਸਕਦੇ ਨੇ। 40 ਮੌਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀ ਲੜਾਈ ਵਿੱਚ ਛੱਡ ਕੇ ਆਏ ਸੀਗੇ? ਆਨੰਦਪੁਰ ਦੀ ਦੂਜੀ ਲੜਾਈ ਚ। ਆਂਸਰ ਆਪਣਾ ED। ਤਲਵੰਡੀ ਸਾਬੋ ਨਾਮਕ ਸਥਾਨ ਕਿਹੜੇ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਦਮਦਮਾ ਸਾਹਿਬ ਤੇ ਗੁਰੂ ਕਾਸ਼ੀ, ਦੋਨੋਂ ਆਂਸਰ ਨੇ ਜੀ। ਊੜਾ ਤੇ ED ਸੱਸਾ ਆਂਸਰ ਬਣੂਗਾ ਆਪਣਾ, ਠੀਕ ਹੈ। ਕਾਲੀ ਨਾ ਕਰਿਆ ਕਰੋ, ਕਈ ਵਾਰ ਕਾਲੀ ਚ ਕੁਐਸਚਨ ਗਲਤ ਹੋ ਜਾਂਦੇ। ਕਾਲੀ ਸ਼ੈਤਾਨ ਦਾ ਕੰਮ ਹੈ, ਤੁਹਾਨੂੰ ਪਤਾ ਹੈ ਇਸ ਗੱਲ ਦਾ। ਸ਼ੈਤਾਨ ਜਦੋਂ ਸਾਡੇ ਅੰਦਰ ਸ਼ੈਤਾਨ ਆ ਜਾਂਦਾ ਸੀ, ਕੋਈ ਜਦੋਂ ਗੁਨਾਹ ਕਰਨਾ ਹੁੰਦਾ ਨਾ, ਉਦੋਂ ਕਾਲੀ ਕਰਦੇ। ਜਦੋਂ ਠਰੰਮੇ ਨਾਲ ਕੰਮ ਕਰਦੇ ਆ, ਉਦੋਂ ਸਾਡੇ ਅੰਦਰ ਇਨਸਾਨ ਹੁੰਦਾ ਹੈ। ਜਦੋਂ ਭਗਵਾਨ ਹੁੰਦਾ, ਉਦੋਂ ਤਾਂ ਸਿਰਫ ਆਤਮਾ ਪਰਮਾਤਮਾ ਦੀਆਂ ਗੱਲਾਂ ਹੀ ਹੁੰਦੀਆਂ ਨੇ। ਪੂਰਵ ਖਾਲਸਾ ਕਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਪ੍ਰਸਿੱਧ ਗ੍ਰੰਥ ਦੀ ਰਚਨਾ ਕੀਤੀ? ਪਹਿਲਾਂ ਚੰਡੀ ਦੀ ਵਾਰ ਪਹਿਲੀ ਰਚਨਾ ਹੈ, ਤੇ ਇਹ ਵੀ ਲਗਭਗ 84 ਜਾਂ 88, 1684 ਜਾਂ 88 ਚ ਕੀਤੀ ਹੈ। ਐਗਜੈਕਟ ਮੇਰੇ ਯਾਦ ਨਹੀਂ, ਪਰ ਇਹ ਦੋਨਾਂ ਡੇਟਾਂ ਚੋਂ ਇੱਕ ਹੈ। ਸਮਝ ਲੱਗੇ, ਜਾਂ ਤਾਂ 84 ਚ ਕੀਤੀ ਹੈ ਜਾਂ 88 ਚ ਕੀਤੀ ਹੈ, ਪਹਿਲੀ ਰਚਨਾ ਚ। ਖਾਲਸਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਪੇਪਰ ਚ ਪੁੱਛਿਆ ਜਾ ਚੁੱਕਿਆ ਜੀ, ਪਿਓਰ, ਪਾਕ। ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਦਾ ਨਾਂ ਬਚਿੱਤਰ ਨਾਟਕ। ਸਾਰੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ, ਦਸਮ ਗ੍ਰੰਥ, ਬਚਿੱਤਰ ਅਕਾਲ ਉਸਤਤ, ਜਾਪੋ ਸਾਹਿਬ, ਠੀਕ ਹੈ, ਸਾਰੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ। ਇਸ ਤੋਂ ਇਲਾਵਾ ਜਫਰਨਾਮਾ, ਚੰਡੀ ਦੀ ਵਾਰ, ਇਹ ਯਾਦ ਰੱਖਿਓ, ਕਈ ਵਾਰ ਪੁੱਛ ਲੈਂਦੇ ਕਿਹੜੀ ਨਹੀਂ ਹੈਗੀ। ਆਦਿ ਗ੍ਰੰਥ ਨੂੰ ਗੁਰੂ ਗੋ ਗ੍ਰੰਥ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸਥਾਨ ਤੇ ਦਿੱਤਾ? ਤਲਵੰਡੀ ਸਾਬੋ ਨੇ ਜੀ, ਨੰਦੇੜ ਚ। ਅੰਤਮ ਸਮੇਂ ਦੇ ਵਿੱਚ ਜਦੋਂ ਗੁਰੂ ਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਬਚਦਾ ਨਹੀਂ, ਤਾਂ ਉਸ ਟਾਈਮ ਦੇ ਉੱਪਰ ਉਹਨਾਂ ਨੇ ਬੈਠ ਕੇ ਤਾਂ ਪਲੰਘ ਦੇ ਉੱਪਰ ਸਾਰੀ ਸੰਗਤ ਨੂੰ ਕਿਹਾ ਵੀ ਹੁਣ ਮੇਰੀ ਇੱਕ ਰਸਮ ਰਹਿੰਦੀ ਆ ਤੇ ਆਪਾਂ ਉਹਨੂੰ ਅਦਾ ਕਰਨਾ। ਫਿਰ ਥੱਲੇ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਪਰ ਬਿਠਾਉਂਦੇ ਨੇ, ਇੱਕ ਨਾਰੀਅਲ ਤੇ ਪੈਸਾ ਟੇਕਦੇ ਨੇ, ਮੱਥਾ ਟੇਕਦੇ ਨੇ, ਕਹਿੰਦਾ ਅੱਜ ਤੋਂ ਬਾਅਦ ਇਹ ਸਾਡਾ ਗੁਰੂ ਹੈ, ਨਾ ਕਿ ਤੁਹਾਡਾ, ਸਾਡਾ ਵਿੱਚ ਹੀ ਆਪਣੇ ਆਪ। ਮੈਂ ਕੀ ਕਿਹਾ ਸੀ, ਇੱਕੋ ਟਾਈਮ ਤੇ ਇੱਕ ਹੀ ਗੁਰੂ ਰਿਹਾ ਸਿੱਖ ਧਰਮ ਚ, ਜੋਤ ਇੱਕ ਹੀ ਰਹੀ ਹੈ। ਉਦੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਨੂੰ ਦੇਤੀ ਵੀ ਇਹਦੇ ਜਿਹੜੇ ਅੱਜ ਤੋਂ ਪੰਨੇ ਸੀਗੇ ਉਹ ਹੁਣ ਅੰਗ ਹੋਣਗੇ, ਇਸ ਤੋਂ ਬਾਅਦ ਉਹਨੂੰ ਅੰਗ ਬੋਲਣਾ ਸ਼ੁਰੂ ਕਰ, ਅੰਗ ਸਾਹਿਬ। ਸੋਨ ਪੱਤ ਕੌਣ ਸੀਗਾ ਬਈ? ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਕਵੀ ਸੀਗਾ ਭਾਈ। ਗੁਰ ਸੋਭਾ ਕਿਸ ਦੀ ਰਚਨਾ ਹੈ? ਸੋਨ ਪੱਤ ਦੀ ਹੈ। ਇਹਦੇ ਵਿੱਚ ਸਾਰੇ ਗੁਰੂ ਦੇ ਘਟਨਾਵਾਂ ਲਾਈਫ ਦੇ ਬਾਰੇ ਚ ਦੱਸਿਆ ਹੋਇਆ। ਤਲਵੰਡੀ ਸਾਬੋ ਨੂੰ ਗੁਰੂ ਕਾਸ਼ੀ ਕਿਉਂ ਕਿਹਾ ਜਾਂਦਾ ਬਈ? ਗੁਰੂ ਕਾਸ਼ੀ ਕਾਹਤੋਂ ਕਹਿੰਦੇ ਨੇ? ਸਾਹਿਤਕ ਗਤੀਵਿਧੀਆਂ ਕਾਰਨ ਗੁਰੂ ਕਾਸ਼ੀ ਕਿਹਾ ਬਈ, ਠੀਕ ਹੈ। ਖਾਲਸਾ ਪੰਥ ਦੇ ਨਿਯਮਾਂ ਸੰਬੰਧੀ ਕਿਹੜਾ ਤੱਥ ਅਟੁਕਵਾਂ ਸਹੀ ਨਹੀਂ ਹੈਗਾ, ਗਲਤ ਹੈ, ਉਹ ਦੱਸਣਾ ਹੈ। ਪੰਜ ਕੱਕੇ, ਕੇਸ, ਕਸ਼ਾ, ਕੰਘਾ, ਕਿਰਪਾਨ ਤੇ ਕੜਾ, ਬਿਨਾਂ ਹਲਾਲ ਕੀਤੇ ਮਾਸ ਦੀ ਵਰਤੋਂ ਕਰਨੀ, ਖਾਲਸਾ ਪੰਥ ਲਈ ਕਿਰਤ ਨਾਸ਼, ਕੁੱਲ ਨਾਸ਼ ਤੇ ਕਰਨ ਨਾਸ਼ ਕਰਨਾ, ਸਵੇਰੇ ਉੱਠਣ ਤੇ ਗੁਰਬਾਣੀ ਦਾ ਪਾਠ ਤੇ ਫਿਰ ਇਸ਼ਨਾਨ ਕਰਨਾ। ਪਹਿਲਾਂ ਇਸ਼ਨਾਨ ਕਰਨਾ, ਇੱਕ ਪੁਆਇੰਟ ਹੀ ਬਹੁਤ ਹੈ, ਬਾਅਦ ਚ ਪਾਠ ਕਰਨਾ, ਬਾਕੀ ਦੇ ਚੰਗਲਾ ਨਾ ਪਿਓ। ਆਹ ਬਿਨਾਂ ਹਲਾਲ ਕੀਤੇ ਮਾਸ ਵਾਲਾ ਵੀ ਕਈ ਬੱਚੇ ਲਾਉਣਗੇ, ਸਮਝ ਲੱਗੇ ਗੱਲ। ਹਲਾਲ, ਹਲਾਲ ਕਰਕੇ ਜਿਹੜਾ ਖਾਂਦੇ ਨੇ ਉਹ ਮੁਸਲਮਾਨ ਖਾਂਦੇ ਨੇ,
ਸਮਝ ਲੱਗੇ ਗੱਲ। ਤੇ ਸਿੱਖ ਜਿਹੜਾ ਖਾ ਸਕਦੇ ਨੇ, ਜਿਹੜੇ ਖਾ ਸਕਦੇ ਨੇ, ਗੁਰੂ ਨੇ ਨਹੀਂ ਕਿਹਾ, ਸਮਝ ਲੱਗੇ ਗੱਲ, ਝਟਕੇ ਦਾ ਖਾ ਸਕਦੇ ਨੇ, ਸਮਝ ਲੱਗੇ ਗੱਲ। ਝਟਕਾ ਗਰਦਨ ਤੇ ਰੱਖੋ, ਗੜੱਪ ਦੇ ਨੇ ਮਾਰਿਆ ਧੌਣ ਪਾਸੇ, ਖਾਓ। ਮੁਸਲਮਾਨ ਕੀ ਕਰਦੇ ਨੇ, ਹੌਲੀ ਹੌਲੀ ਕੱਟਦੇ ਆ ਧੌਣ ਨੂੰ, ਉਹ ਚ ਬਲੀਡਿੰਗ ਹੁੰਦੀ ਆ, ਹੌਲੀ ਹੌਲੀ ਆਰਾਮ ਨਾਲ, ਕੋਈ ਕਾਹਲ ਨਹੀਂ, ਹੌਲੀ ਹੌਲੀ ਜਾਨ ਨਿਕਲਦੀ ਹੈ, ਸਮਝ ਲੱਗੇ ਗੱਲ। ਉਹ ਕਹਿੰਦੇ ਨੇ ਵੀ ਜਦੋਂ ਤੁਸੀਂ, ਉਹ ਆਪੋ ਆਪਣਾ ਹੈ ਧਾਰਮਿਕ, ਆਪਾਂ ਇਹ ਤਾਂ ਚਲੋ ਕਿੰਤੂ ਪ੍ਰੰਤੂ ਕੀ ਕਰਨਾ, ਬਸ ਇੰਨੀ ਗੱਲ ਕਹਿ ਦਿੰਦੇ ਹਾਂ ਵੀ ਉਸ ਟਾਈਮ ਤੇ ਗੁਰੂ ਨੇ ਇਹ ਕਿਹਾ ਸੀ ਵੀ ਜੇਕਰ ਤੁਹਾਡੀ ਆਪਣੀ ਜਾਨ ਖਤਰੇ 'ਚ ਹੈ, ਜੰਗਲਾਂ ਦੇ ਵਿੱਚ ਰਹਿੰਦੇ ਸੀ ਵੀ ਤੁਹਾਨੂੰ ਐਂ ਲੱਗਦਾ ਵੀ ਅਸੀਂ ਭੁੱਖ ਨਾਲ ਮਰਦੇ ਹਾਂ, ਤਾਂ ਉਸ ਟਾਈਮ ਤੇ ਤੁਸੀਂ ਕਿਸੇ ਵੀ ਜੀਵ ਦਾ ਮਾਸ ਖਾ ਸਕਦੇ ਹੋ। ਤੇ ਬੁੱਢਾ ਦਲ ਵਾਲਿਆਂ ਨੇ ਫਿਰ ਆਪਣਾ ਸ਼ੌਂਕ ਹੀ ਬਣਾ ਲਿਆ ਵੀ ਗੁਰੂ ਜੀ ਨੇ ਕਹਿਤਾ, ਤੇ ਰਾਤ ਨੂੰ ਡੱਕ ਲੈਂਦੇ ਨੇ, ਕੜਾਹਾ ਧਰ ਲੈਂਦੇ ਨੇ, ਖਾਈ ਜਾਂਦੇ ਨੇ, ਖਾਈ ਜਾਂਦੇ ਨੇ, ਸਾਰੀ ਰਾਤ ਖਾਈ ਜਾਂਦੇ ਨੇ, ਤੜਕੇ ਉੱਠ ਕੇ ਨਹਾ ਕੇ ਪਾਠ ਕਰਨ ਬਹਿ ਜਾਂਦੇ ਨੇ, ਮੁੜ ਕੇ ਕਹਿੰਦੇ ਨੇ ਸਾਥੋਂ ਚੰਗੀਆਂ ਨਾ ਹੋਈਆਂ ਜੀ, ਗੁਰੂ ਜੀ ਰੱਖ ਲਓ ਚਰਨੀ ਲਾ ਕੇ, ਮੁੜ ਕੇ ਇਹ ਬਚਨ ਪੜ੍ਹੀ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮ ਕਥਾ ਵਿੱਚ ਆਪਣੇ ਜੀਵਨ ਦਾ ਮੁੱਖ ਉਦੇਸ਼ ਕੀ ਦੱਸਿਆ? ਹਿੰਦੂ ਧਰਮ ਦੀ ਰੱਖਿਆ ਕਰਨਾ, ਸਿੱਖ ਧਰਮ ਦੀ ਵੱਖਰੀ ਪਛਾਣ ਬਣਾਉਣਾ ਹੈ, ਆਮ ਲੋਕਾਂ ਦਾ ਭਲਾ ਤੇ ਦੁਸ਼ਟਾਂ ਦਾ ਨਾਸ਼ ਕਰਨਾ, ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਪੂਰਾ ਕਰਨਾ। ਹਾਂਜੀ, ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਤਾਂ ਪੂਰਾ ਹੀ ਸੀਗਾ, ਅਧੂਰਾ ਕਦੋਂ ਸੀ? ਉਹ ਤਾਂ ਗੁਰੂ ਸੀਗੇ, ਉਹਨਾਂ ਨੇ ਆਪਦਾ ਮਿਸ਼ਨ ਪੂਰਾ ਹੀ ਸੀਗਾ, ਨੌਵਾਂ ਨੇ ਪੂਰਾ ਨਾ ਕਰਿਆ, ਗੁਰੂ ਗੋਬਿੰਦ ਸਿੰਘ ਜੀ ਨੇ ਕਰਨਾ ਸੀ। ਵੱਖਰੀ ਚੀਜ਼ ਜਿਹੜੀ ਰਹਿ ਗਈ ਹੈ ਦੁਸ਼ਟਾਂ ਦਾ ਨਾਸ਼, ਕਿਉਂਕਿ ਤਲਵਾਰ ਨਹੀਂ ਉਠਾਈ ਸੀ ਉਹਨਾਂ ਨੇ, ਤਾਂ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਉਠਾਈ, ਅਲੱਗ ਕੌਮ ਪੈਦਾ ਕੀਤੀ। ਠੀਕ ਹੈ, ਲੋਕਾਂ ਦਾ ਭਲਾ ਤਾਂ ਪਹਿਲਾਂ ਵਾਲੇ ਵੀ ਕਰ ਰਹੇ ਸੀਗੇ, ਪਰ ਇਹ ਦੁਸ਼ਟਾਂ ਦਾ ਨਾਸ਼ ਜਿਹੜਾ ਕੀਤਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦੇ ਦੇ ਮਾਤਾ ਦਾ, ਹਾਂ ਮਾਤਾ ਮਤਲਬ ਵਾਈਫ ਦੱਸਣੇ ਨੇ ਗੁਰੂ ਗੋਬਿੰਦ ਸਿੰਘ ਜੀ ਮਾਤਾ, ਚਾਰੇ ਸਾਹਿਬਜ਼ਾਦਿਆਂ ਮਾਤਾਵਾਂ ਦਾ ਕੀ ਨਾਮ ਸੀਗਾ, ਆਹ ਕੁਐਸਚਨ ਹੈ ਜੀ। ਮਾਤਾ ਸੁੰਦਰੀ ਜੀ, ਸੋ ਗੁਰੂ ਦੇ ਚਾਰ ਬੇਟੇ ਸੀਗੇ, ਚਾਰਾਂ ਚੋਂ ਜਿਹੜਾ ਵੱਡਾ ਬੇਟਾ ਸੀਗਾ ਆਪਣਾ ਅਜੀਤ ਸਿੰਘ, ਉਹ ਮਾਤਾ ਸੁੰਦਰੀ ਦਾ ਸੀ, ਤੇ ਤਿੰਨ ਮਾਤਾ ਜੀਤੋ ਦੇ ਸੀਗੇ, ਤੇ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਕਿਹਾ ਜਾਂਦਾ, ਯਾਦ ਰੱਖ ਲਿਓ, ਇਹ ਪੇਪਰ ਚ ਆ ਚੁੱਕਿਆ। ਆਂਸਰ ਆਪਣਾ ਕੀ ਬਣੂਗਾ? ਹਾਂ ਨਹੀਂ ਜੀ, ਹਾਂ ਉੜਾੜਾ ਆਊਗਾ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਮਾਤਾ ਦਾ ਕੀ ਨਾਂ ਸੀ? ਇੱਥੇ ਊੜਾ, ਹਾਂ ਊੜਾ ਆਜੂਗਾ, ਊੜਾ ਤੇ ਆੜਾ ਦੋਨੋਂ। ਠੀਕ ਹੈ, ਸਾਹਿਬ ਕੌਰ ਜੀ ਦੇ ਕੋਈ ਬੇਟਾ ਨਹੀਂ ਸੀਗਾ ਜੀ। ਚਿੜੀਆਂ ਤੋਂ ਬਾਜ ਤੜਵਾਉ, ਤਵੀ ਤੋਂ ਗੋਬਿੰਦ ਨਾਮ ਕਹਾਉ, ਕਿਹੜੇ ਗੁਰੂ ਨੇ ਕਿਹਾ? ਬੇਦਾਵੇ ਤੋਂ ਕੀ ਭਾਵ ਹੈ? ਬੇਦਾਵਾ, ਬੇਦਾਵਾ, ਦਾਵਾ ਹੁੰਦਾ ਕਿਸੇ ਚੀਜ਼ ਤੇ ਹੱਕ, ਬੇਦਾਵਾ ਹੁੰਦਾ ਹੱਕ ਨਾ ਹੋਣਾ, ਅਧਿਕਾਰ ਨਾ ਹੋਣਾ। ਆਂਸਰ ਆਪਣਾ ਊੜਾ। ਖਾਲਸਾ ਪੰਥ ਦੀ ਸਥਾਪਨਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਬੁਲਾਵੇ ਤੇ ਆਏ ਪੰਜ ਪਿਆਰਿਆਂ ਦਾ ਸਹੀ ਕਰਮ ਕਿਹੜਾ ਬਈ? ਪੰਜ ਪਿਆਰੇ,
ਦਇਆ ਤੇ ਧਰਮ, ਦਇਆ ਧਰਮ ਦੇ ਨਾਲ ਬੰਦਾ ਮੋਹ ਨੂੰ ਤਿਆਗ ਕੇ ਸਾਹਿਬ ਦੀ ਪ੍ਰਾਪਤੀ ਕਰ ਸਕਦਾ ਹੈ, ਹਿੰਮਤ ਕਰੇ ਜੀ। ਯਾਦ ਰੱਖ ਲਿਓ, ਏਦਾਂ ਯਾਦ ਰੱਖ ਲਿਓ, ਠੀਕ ਹੈ। ਸਭ ਤੋਂ ਪਹਿਲਾਂ ਮਨ ਦੇ ਵਿੱਚ ਦਇਆ ਆਉਣੀ ਚਾਹੀਦੀ ਹੈ, ਫੇਰ ਹੀ ਕੋਈ ਧਰਮ ਦੇ ਪ੍ਰਵਿਰਤੀ ਹੋਊਗੀ। ਇੰਨਾ ਕੁ ਦੋ ਵੀ ਯਾਦ ਰੱਖ ਲਓ ਤਾਂ ਵੀ ਕੁਐਸਚਨ ਹੋ ਜਾਊਗਾ। ਹਾਂਜੀ, ਬਸ ਇਦਾਂ ਇੱਕ ਤਰਤੀਬ ਦੇ ਨਾਲ ਯਾਦ ਰੱਖ ਲਿਓ। ਮੁਕਤਸਰ ਦਾ ਪੁਰਾਣਾ ਨਾਂ ਕੀ ਸੀ? ਖਿਦਰਾਣੇ ਦੀ ਢਾਬ ਜੀ ਆੜਾ ਹੈ। ਖਾਲਸਾ ਪੰਥ ਦੀ ਸਥਾਪਨਾ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀਗਾ? ਔਰੰਗਜ਼ੇਬ। ਚਰਨ ਪੌਲ ਨਾਮਕ ਪ੍ਰਥਾ ਦਾ ਅੰਤ ਕਿਸ ਨੇ ਕੀਤਾ? ਚਰਨ ਪੌਲ ਪ੍ਰਥਾ ਦਾ ਅੰਤ ਕਿਸ ਗੁਰੂ ਨੇ ਕੀਤਾ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਵ ਜਨਮ ਅਤੇ ਆਰੰਭਕ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਕਿਹੜੇ ਗ੍ਰੰਥ ਚ ਕੀਤਾ ਹੈ? ਹਾਂਜੀ, ਬਚਿੱਤਰ ਨਾਟਕ ਜੀ ਉੜੇ ਚ। ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਨੂੰ ਆਦਿ ਗ੍ਰੰਥ ਵਿੱਚ ਕਿਸ ਨੇ ਸ਼ਾਮਿਲ ਕਰਵਾਇਆ? ਗੁਰੂ ਗੋਬਿੰਦ ਸਿੰਘ ਜੀ ਨੇ, ਮਣੀ ਸਿੰਘ ਦੁਆਰਾ। ਇਹ ਆਪਾਂ ਕਰ ਚੁੱਕੇ। ਭੰਗਾਣੀ ਦੀ ਲੜਾਈ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਹੜੀ ਰਚਨਾ ਚ ਕੀਤਾ ਹੈ? ਭੰਗਾਣੀ ਦੀ ਲੜਾਈ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ, ਹਾਂ ਉਹ ਬਾਈ ਲੜਾਈ ਬੰਦਾ ਆਪਣੀ ਜੀਵਨ ਕਥਾ ਚ ਲਿਖੂਗਾ, ਬਚਿੱਤਰ ਨਾਟਕ। ਬਚਿੱਤਰ ਨਾਟਕ ਰਚਨਾ ਵਿੱਚ ਨਾਇਕ ਦੀ ਭੂਮਿਕਾ ਕਿਹਨੇ ਨਿਭਾਈ ਬਾਈ? ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਕਿਹੜੀ ਰਚਨਾ ਵਿੱਚ ਪ੍ਰਸਿੱਧ ਲੇਖਕ ਬਾਲਮੀਕੀ ਤੇ ਕਾਲੀਦਾਸ ਦਾ ਜ਼ਿਕਰ ਆਉਂਦਾ ਹੈ? ਬਾਲਮੀਕੀ ਤੇ ਕਾਲੀਦਾਸ ਦਾ ਜ਼ਿਕਰ ਆਉਂਦਾ ਹੈ ਬ੍ਰਹਮ ਅਵਤਾਰ ਦੇ ਵਿੱਚ ਬਾਈ। ਚਾਲੀ ਮੁਕਤੇ ਕਿਹੜੀ ਲੜਾਈ ਵਿੱਚ ਸ਼ਹੀਦ ਹੋਏ? ਚਾਲੀ ਮੁਕਤੇ ਖਦਰਾਣੇ ਦੀ ਢਾਬ। ਗੁਰੂ ਗੋਬਿੰਦ ਸਿੰਘ ਨੇ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਜ਼ਿਕਰ ਆਪਣੇ ਕਿਹੜੇ ਗ੍ਰੰਥ ਵਿੱਚ ਕੀਤਾ ਹੈ? ਪੀਰ ਬੁੱਧੂ ਸ਼ਾਹ ਕਿਸ ਗੁਰੂ ਦੇ ਸਮਕਾਲੀ ਸੀ? ਮੈਂ ਕੱਲ ਵੀ ਦੱਸਿਆ ਸੀਗਾ, ਪੀਰ ਬੁੱਧੂ ਸ਼ਾਹ ਨੇ ਭੰਗਾਣੀ ਦੀ ਲੜਾਈ ਦੇ ਵਿੱਚ ਗੁਰੂ ਜੀ ਦੀ ਸਹਾਇਤਾ ਕੀਤੀ ਸੀਗੀ। ਉਹਦੇ ਬੇਟੇ ਸੀਗੇ, ਉਹਨੇ ਆਪਣੇ ਸੈਨਿਕ ਭੇਜੇ ਸੀਗੇ, ਇਹਨੂੰ ਸ਼ਹੀਦ ਕਰਤਾ ਸੀ ਪੀਰ ਬੁੱਧੂ ਸ਼ਾਹ ਨੂੰ। ਕਿਹੜੇ ਗੁਰੂ ਦਾ ਗੁਰਗੱਦੀ ਦਾ ਸਮਾਂ ਸਭ ਤੋਂ ਵੱਧ ਅਸ਼ਾਂਤ ਰਿਹਾ? ਇਹ ਵੀ ਗੁਰੂ ਗੋਬਿੰਦ ਸਿੰਘ ਜੀ ਹੈ। ਖਾਲਸਾ ਕਿਸ ਗੁਰੂ ਦਾ ਪੁੱਤਰ ਮੰਨਿਆ ਜਾਂਦਾ ਹੈ? ਗੁਰੂ ਗੋਬਿੰਦ ਸਿੰਘ ਜੀ। ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਕੀ ਨਾਂ ਸੀ? ਬਾਬੇ ਫਤਿਹ ਸਿੰਘ ਜੀ। ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਜੀ। ਸਾਹਿਬਜ਼ਾਦੇ ਕੌਣ ਸਨ? ਪੁੱਤਰ ਸੀ ਗੁਰੂ ਜੀ ਦੇ। ਵਜ਼ੀਰ ਖਾਨ ਨੇ ਕਿਹੜੇ ਸਾਹਿਬਜ਼ਾਦੇ ਨੂੰ ਕੰਧਾ ਚਿਣਵਾਇਆ ਸੀਗਾ? ਫਤਿਹ ਤੇ ਜੋਰਾਵਰ ਨੂੰ ਜੀ। ਸੱਸਾ ਆਂਸਰ ਹੈ। ਸਰਹੰਦ ਦੀ ਦੀਵਾਰ ਦਾ ਸੰਬੰਧ ਕਿਸ ਨਾਲ ਹੈ? ਛੋਟੇ ਸਾਹਿਬਜ਼ਾਦਿਆਂ ਦੇ ਨਾਲ। ਛੋਟੇ ਸਾਹਿਬਜ਼ਾਦੇ ਨੂੰ ਦੀਵਾਰ 'ਚ ਕਿੱਥੇ ਚਿਣਵਾਇਆ ਗਿਆ? ਸਰਹੰਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਕਿਸ ਗੁਰੂ ਨੇ ਦਿੱਤਾ ਸੀ? ਗੁਰੂ ਗੋਬਿੰਦ ਸਿੰਘ ਜੀ ਨੇ। ਖਾਲਸਾ ਪੰਥ ਦੀ ਸਥਾਪਨਾ ਕਿਹਨੇ ਕੀਤੀ ਸੀ? ਗੋਬਿੰਦ ਸਿੰਘ। ਪੰਜ ਪਿਆਰਿਆਂ ਦਾ ਖੇਤਰ ਦੱਸਣਾ ਹੈ ਵੀ ਕਿਹੜੇ ਕਿਹੜੇ ਖੇਤਰ ਨਾਲ ਸੰਬੰਧ ਰੱਖਦੇ ਸੀ, ਕਿੱਥੋਂ ਕਿੱਥੋਂ ਆਏ ਸੀਗੇ।
ਦਿਆ ਰਾਮ ਲਾਹੌਰ ਤੋਂ ਸੀਗੇ ਤੇ ਧਰਮਦਾਸ ਸੀਗੇ ਜੱਟ ਜੀ, ਇਹ ਸੀ ਦਿੱਲੀ ਦੇ, ਠੀਕ ਹੈ। ਤੇ ਮੌਕਮ ਚੰਦ ਜਿਹੜੇ ਸੀਗੇ ਇਹ ਸੀ ਗੁਜਰਾਤ ਤੋਂ, ਤੇ ਹਿੰਮਤ ਰਾਏ ਜਿਹੜੇ ਸੀਗੇ ਇਹ ਉੜੀਸਾ ਤੋਂ ਸੀ, ਤੇ ਸਾਹਿਬ ਚੰਦ ਆਪਣੇ ਕੋਲੇ ਬਚਿਆ ਕਰਨਾਟਕ। ਆਂਸਰ ਆਪਣਾ ਕੀ ਬਣੂਗਾ? ਆੜ, ਠੀਕ ਹੈ। ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ? 5 ਜਨਵਰੀ ਨੂੰ। ਪਾਉਂਟਾ ਸਾਹਿਬ ਤੋਂ ਕੀ ਭਾਵ ਹੈ? ਆ ਇੱਕ ਪੇਪਰ ਚ ਆ ਚੁੱਕਿਆ ਬਾਈ, ਪਾਉਂਟਾ ਸਾਹਿਬ, ਪਾਉਂਟਾ ਸਾਹਿਬ ਤੋਂ ਕੀ ਭਾਵ ਹੈ? ਹਾਂਜੀ, ਪੈਰ ਰੱਖਣ ਵਾਲਾ ਸਥਾਨ। ਪਾਉਂਟਾ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ। ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਸੀ? ਗੁਰੂ ਤੇਗ ਬਹਾਦਰ ਜੀ ਨੇ। ਮੈਨੂੰ ਪਤਾ ਸੀ ਅਨੰਦਪੁਰ ਸਾਹਿਬ ਦੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀਗੀ। ਪਾਉਂਟਾ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ? 1685 ਦੇ ਵਿੱਚ, ਠੀਕ ਹੈ। ਜਫਰਨਾਮਾ ਸ਼ਬਦ ਦਾ ਕੀ ਅਰਥ ਹੈ? ਜਿੱਤ ਦੀ ਚਿੱਠੀ ਜਾਂ ਵਿਜੇ ਪੱਤਰ। ਜਫਰਨਾਮਕ ਪੱਤਰ, ਇਹ ਪੇਪਰ ਚ ਆ ਚੁੱਕਿਆ ਕੁਐਸਚਨ ਬਾਈ। ਜਫਰਨਾਮਾ ਨਾਮਕ ਪੱਤਰ ਕਿਹੜੇ ਸਥਾਨ ਤੇ ਲਿਖਿਆ ਗਿਆ ਸੀਗਾ? ਦੀਨਾ ਕਾਂਗੜ ਜੀ, ਹਾਂ, ਚਮਕੌਰ ਦੀ ਲੜਾਈ ਤੋਂ ਬਾਅਦ, ਸਰਸਾ ਨਦੀ ਨੂੰ ਪਾਰ ਕੀਤਾ, ਉਸ ਤੋਂ ਬਾਅਦ ਚਮਕੌਰ ਦੀ ਲੜਾਈ ਤੋਂ ਬਾਅਦ ਫਿਰ ਗੁਰੂ ਜੀ ਦੀਨਾ ਕਾਂਗੜ ਆਏ, ਉੱਥੇ 2 ਦਿਨ ਰਹੇ ਜੀ। ਕਿਹੜੀ ਭਾਸ਼ਾ ਚ ਲਿਖੀ ਗਈ ਸੀ ਜਫਰਨਾਮਾ? ਫਾਰਸੀ ਚ ਲਿਖਿਆ ਗਿਆ ਸੀਗਾ। ਇਹ ਯਾਦ ਰੱਖਿਓ, ਪੇਪਰ ਚ ਮਲਟੀ ਟਾਈਮ ਰਿਪੀਟਡ ਕੁਐਸਚਨ ਹੈ ਵੀ ਕਿਹੜੀ ਭਾਸ਼ਾ ਚ ਲਿਖਿਆ ਗਿਆ ਸੀ, ਤੇ ਲਿਖਿਆ ਕਿਹਨੂੰ ਗਿਆ ਸੀ? ਔਰੰਗਜ਼ੇਬ ਨੂੰ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ, ਕਿੱਥੇ ਗਿਆ ਸੀਗਾ? ਨਦੇੜ ਵਿਖੇ। ਪੰਜ ਪਿਆਰੇ ਆ ਜਿਹੜੇ, ਉਹਨਾਂ ਦੀ ਕਾਸਟ ਮੈਚ ਕਰਨੀ ਹੈ। ਤੁਸੀਂ ਦੋਵਾਂ ਨੂੰ ਯਾਦ ਕਰ ਲਓ ਤਾਂ ਵੀ ਪੇਪਰ 'ਚ ਆਪਣਾ ਮਸਲਾ ਹੱਲ ਹੋ ਜਾਊ। ਹਾਂ, ਇੱਕ ਨੇ ਸਹੀ ਕਰਾਤਾ ਹੈ, ਦੋ ਯਾਦ ਕਰ ਲਓ ਤਾਂ ਵੀ ਗੱਲ ਬਣ ਜਾਣੀ। ਦੋ ਤਾਂ ਯਾਦ ਰੱਖੋ ਹੀ, ਦੋਵਾਂ ਬਿਨਾਂ ਨਹੀਂ ਗੱਲ ਬਣਨੀ। ਹਾਂਜੀ, ਜਿਹੜਾ ਦਿਆ ਸੀਗਾ ਬਾਈ ਉਹ ਖੱਤਰੀ ਸੀਗਾ, ਦਿਆ ਰਾਮ। ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਜਿਹੜਾ ਰਾਮ ਲੱਗਦਾ, ਜਿਹਦੇ ਨਾਂ ਇਹ ਖੱਤਰੀ ਪਰਿਵਾਰ ਚੋਂ ਹੁੰਦੇ ਨੇ, ਠੀਕ ਹੈ। ਸੋਢੀ ਰਾਮ, ਧਰਮਦਾਸ, ਧਰਮਦਾਸ ਸੀਗੇ ਜੱਟ, ਤੇ ਮੋਹਕਮ ਚੰਦ ਸੀਗੇ ਧੋਬੀ, ਹਿੰਮਤ ਰਾਏ ਸੀਗੇ ਘੁਮਿਆਰ, ਤੇ ਸਾਹਿਬ ਚੰਦ ਸੀਗੇ ਨਾਈ। ਅਲੱਗ ਅਲੱਗ ਕਾਸਟਾਂ ਇਕੱਠੀਆਂ ਕਰੀਆਂ ਸੀਗੀਆਂ। ਕਈ ਵਿਦਵਾਨ ਹੁਣ ਇਹ ਕਹਿੰਦੇ ਨੇ ਵੀ ਇਹ ਇੱਕ ਗੁਰੂ ਜੀ ਦੁਆਰਾ ਇੱਕ ਪਲੈਨਿੰਗ ਪਲੈਨਡ ਘਟਨਾ ਸੀਗੀ ਜਿਹੜੀ ਅੰਮ੍ਰਿਤ ਛਕਾਇਆ ਗਿਆ, ਕਿ ਇਹ ਪੋਸੀਬਲ ਨਹੀਂ ਹੈਗਾ ਇਤਫਾਕ ਦੇ ਨਾਲ ਵੀ 5 ਬੰਦੇ ਅਲੱਗ ਅਲੱਗ ਜਗ੍ਹਾ ਤੋਂ ਆਉਣ ਤੇ ਅਲੱਗ ਅਲੱਗ ਹੀ ਕਾਸਟ ਦੇ ਹੋਣ। ਸਮਝ ਲੱਗੇ ਗੱਲ? ਸੋ ਜਿਹੜੇ ਥੋੜੇ ਜਿਹੇ ਰੈਸ਼ਨਲ ਨੇ, ਗੁਰੂ ਲੀਲਾ ਨੂੰ ਜਿਹੜੇ ਨਹੀਂ ਸਮਝਦੇ, ਚਲੋ ਆਪਣੇ ਪੇਪਰ ਨਾਲ ਮੈਟਰ ਨਹੀਂ ਇਸ ਕਨਸੈਪਟ ਦਾ। ਉੱਚ ਦਾ ਪੀਰ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਗਿਆ? ਅਸਲ ਚ ਕੀ ਸੀਗਾ ਨਾ ਯਾਰ, ਮੁਸਲਮਾਨਾਂ ਦੇ ਵਿੱਚ ਨਾ ਸੂਫੀ ਹੋਏ ਆ ਕੁਝ ਬਹੁਤ ਮਹੱਤਵਪੂਰਨ, ਜਿਨ੍ਹਾਂ ਨੂੰ ਬੜਾ ਅਦਬ ਮਿਲਿਆ। ਉਹ ਜਿਹੜੀ ਜਗ੍ਹਾ ਸੀ ਉਹ ਉੱਚ ਪਿੰਡ ਦੇ ਰਹਿਣ ਵਾਲੇ ਸੀ,
ਤੇ ਉਹ ਜਿਹੜੇ ਉੱਚ ਦੇ ਹੁੰਦੇ ਸੀਗੇ ਨਾ, ਉਹ ਆਮ ਲੋਕਾਂ ਤੋਂ ਥੋੜਾ ਜਿਹਾ ਪਾਸੇ ਰਹਿੰਦੇ ਸੀ, ਪਰੇਜ ਰਹਿੰਦੇ ਸੀ, ਪਰਦੇ 'ਚ ਰਹਿੰਦੇ ਸੀ। ਤਾਂ ਉਹਨਾਂ ਨੂੰ ਸਵਾਰੀ ਲਿਜਾਣ ਦਾ ਅਧਿਕਾਰ ਮਿਲਿਆ ਹੋਇਆ ਸੀਗਾ ਪਾਲਕੀ। ਤਾਂ ਗੁਰੂ ਜੀ ਨੂੰ ਉੱਪਰ ਬਿਠਾ ਕੇ ਪਾਲਕੀ ਦੇ ਵਿੱਚ, ਤੇ ਜਦੋਂ ਇਹਨਾਂ ਨੂੰ ਸ਼ਰਧਾਲੂ ਲੈ ਕੇ ਗਏ ਤੇ ਜਦੋਂ ਇਹਨੂੰ ਰੋਕਿਆ ਗਿਆ ਵੀ ਇਹ ਕਿਹਨੂੰ ਲਈ ਜਾਂਦੇ ਹੋ, ਤਾਂ ਉਹਨਾਂ ਨੇ ਕਿਹਾ ਇਹ ਉੱਚ ਦਾ ਪੀਰ ਹੈ। ਗੁਰੂ ਜੀ ਨੂੰ ਬਚਾ ਕੇ ਨਾਕੇ ਤੋਂ ਟਪਾਇਆ ਗਿਆ ਸੀਗਾ, ਠੀਕ ਹੈ। ਸੋ ਉੱਚ ਦਾ ਪੀਰ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ। ਜਫਰਨਾਮਾ ਕੀ ਹੈ? ਜਫਰਨਾਮ ਦੀ ਰਚਨਾ ਕਿਹੜੀ ਭਾਸ਼ਾ ਚ? ਗੁਰੂ ਗੋਬਿੰਦ ਸਿੰਘ ਤੇ ਬਹਾਦਰ ਸ਼ਾਹ ਦੀ ਮੁਲਾਕਾਤ ਕਿੱਥੇ ਹੋਈ? ਹਾਂ, ਤੇ ਮੁਗਲਾਂ ਕਾ ਵੀ ਯਾਦ ਰੱਖੋ, ਆਗਰਾ ਮੁਸਲਮਾਨਾਂ ਦਾ ਫੇਵਰੇਟ, ਮੁਗਲਾਂ ਦਾ ਫੇਵਰੇਟ ਸ਼ਹਿਰ ਸੀ ਆਗਰਾ। ਆਗਰੇ ਗਏ ਸੀ ਗੁਰੂ ਤਲਵੰਡੀ ਤੋਂ ਬਾਅਦ, ਉਸ ਤੋਂ ਬਾਅਦ ਆਗਰੇ ਚਲੇ ਗਏ। ਜਾਣਾ ਚਾਹੁੰਦੇ ਸੀ ਰਾਜਸਥਾਨ ਦੇ ਵਿੱਚ ਔਰੰਗਜ਼ੇਬ ਨੂੰ ਮਿਲਣਾ ਸੀਗਾ, ਪਰ ਪਤਾ ਲੱਗਿਆ ਔਰੰਗਜ਼ੇਬ ਕੱਪ ਗਿਆ। ਤਾਂ ਫਿਰ ਉਹਦੇ ਬੇਟੇ ਨੂੰ ਬਹਾਦਰ ਸ਼ਾਹ ਨੂੰ ਆਗਰੇ, ਤੇ ਆਗਰੇ ਤੋਂ ਬਾਅਦ ਫਿਰ ਸਾਊਥ ਵੱਲ ਨੰਦੇੜ ਸਾਹਿਬ ਕੰਨੀ ਨਿਕਲ ਗਏ। ਸੇਮ ਭੇਟ ਹੋਈ ਬਹਾਦਰ ਸ਼ਾਹ ਨਾਲ। ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ? ਗਲਤ ਆ ਜੀ ਇਹ। ਉੱਤਰਾਧਿਕਾਰੀ ਇੱਥੇ ਗੁਰੂ ਗ੍ਰੰਥ ਸਾਹਿਬ ਆਊਗਾ, ਸ਼ਬਦ 'ਚ ਫਰਕ ਰਹਿ ਗਿਆ। ਰਾਜਨੀਤਿਕ, ਰਾਜਨੀਤਿਕ ਉੱਤਰਾਧਿਕਾਰੀ ਲਿਖਿਆ ਹੁੰਦਾ ਤਾਂ ਬੰਦਾ ਸਿੰਘ ਬਹਾਦਰ ਆਉਣਾ ਸੀਗਾ। ਹਾਂ, ਤੇ ਪਰ ਵੈਸੇ ਗੁਰੂ ਗ੍ਰੰਥ ਸਾਹਿਬ ਆਊਗਾ ਜੀ, ਇਹ ਉੱਤਰਾਧਿਕਾਰੀ। ਇਹਦਾ ਆਂਸਰ ਹੈ ਗੁਰੂ ਗ੍ਰੰਥ ਸਾਹਿਬ। ਹਾਂ, ਮੁਗਲ ਬਾਦਸ਼ਾਹ ਨੂੰ, ਬਹਾਦਰ ਸ਼ਾਹ ਨੂੰ, ਬਹਾਦਰ ਸ਼ਾਹ ਨੂੰ ਮਿਲੇ ਸੀਗੇ, ਭੇਟ ਹੋਈ ਸੀਗੀ ਬਹਾਦਰ ਸ਼ਾਹ। ਆ ਬਹਾਦਰ ਸ਼ਾਹ, ਬਹਾਦਰ ਸ਼ਾਹ ਜਫਰ ਨਹੀਂ, ਬਹਾਦਰ ਸ਼ਾਹ ਸੱਸਾ ਆਂਸਰ ਆਊਗਾ। ਬੰਦਾ ਸਿੰਘ ਬਹਾਦਰ ਜੀ, ਹਾਂਜੀ, ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ? ਬਹੁਤ ਕਈ ਪੇਪਰਾਂ ਦੇ ਵਿੱਚ ਇਹ ਆ ਚੁੱਕਿਆ ਕੁਐਸਚਨ, ਸਮਝ ਲੱਗੇ? ਕੀ ਨਾਂ ਸੀ? ਲਛਮਣ ਦਾਸ, ਠੀਕ ਹੈ। ਤੇ ਉਸ ਤੋਂ ਬਾਅਦ ਬਣਿਆ ਮਾਧੋ ਦਾਸ ਵੈਰਾਗੀ, ਤੇ ਫਿਰ ਬਣਿਆ ਗੁਰਬਖਸ਼ ਸਿੰਘ ਉਰਫ ਬੰਦਾ ਸਿੰਘ ਬਹਾਦਰ। ਬੰਦਾ ਬਹਾਦਰ ਨੂੰ ਬਹਾਦਰ ਦੀ ਉਪਾਧੀ ਕਿਸ ਨੇ ਦਿੱਤੀ? ਗੁਰੂ ਗੋਬਿੰਦ ਸਿੰਘ ਨੇ। ਬੰਦਾ ਬਹਾਦਰ ਦਾ ਜਨਮ ਕਿੱਥੇ ਹੋਇਆ? ਕਸ਼ਮੀਰ ਦੇ ਰਜੌਰੀ, ਰਜੌਰੀ ਜ਼ਿਲ੍ਹਾ ਸੀਗਾ, ਮੈਂ ਪੁੰਛ ਸ਼ਾਇਦ ਪਿੰਡ ਸੀਗਾ ਪੁੰਛ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਅਬਦ ਸਮਦ ਖਾਨ। ਇਹ ਕਸ਼ਮੀਰ ਦਾ ਗਵਰਨਰ ਸੀਗਾ ਅਬਦ ਸਮਦ ਖਾਨ, ਤੇ ਇਹਨੂੰ ਹਾਂਜੀ ਸ਼ੇਰ ਖਾਨ ਦੀ ਉਪਾਧੀ ਮਿਲੀ ਹੋਈ ਸੀ। ਤੇ ਜਦੋਂ ਇਹਨਾਂ ਤੋਂ ਬੰਦਾ ਸਿੰਘ ਬਹਾਦਰ ਲੋਟ ਨਾ ਆਇਆ, ਫਿਰ ਇਹਨਾਂ ਨੇ ਚੱਕ ਕੇ ਕੀ ਕੀਤਾ? ਅਬਦ ਸਮਦ ਖਾਨ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ। ਇਹ ਅਬਦ ਸਮਦ ਖਾਨ ਦਾ ਬੇਟਾ ਹੀ ਜਕਰੀਆ ਖਾਨ ਸੀਗਾ, ਬਾਅਦ ਚ ਇਹਨੂੰ ਵੀ ਹਟਾ ਤਾ ਸੀਗਾ 1726 ਚ। ਇਹ ਤੋਂ ਸਿੱਖ ਇਹ ਤੋਂ ਵੀ ਮੁੜ ਕੇ ਲੋਟ ਨਹੀਂ ਆਏ, ਤੇ ਇਹਨੂੰ ਮੁੜ ਕੇ ਮੁਲਤਾਨ ਦਾ ਗਵਰਨਰ ਬਣਾ ਤਾ, ਤੇ ਜਕਰੀਆ ਖਾਨ ਨੂੰ ਫਿਰ 1726 ਦੇ ਵਿੱਚ ਪੰਜਾਬ ਦਾ ਗਵਰਨਰ ਬਣਾ ਤਾ। ਬੰਦਾ ਬਹਾਦਰ ਦੀ ਸ਼ਹੀਦੀ ਸਮੇਂ ਭਾਰਤ ਦਾ ਮੁਗਲ ਸ਼ਾਸਕ ਕੌਣ ਸੀ? ਫਰਖਸ਼ੀਅਰ ਜੀ।
ਬੰਦਾ ਸਿੰਘ ਬਹਾਦਰ ਨੂੰ ਕਿਹੜੇ ਸਥਾਨ ਤੇ ਸ਼ਹੀਦ ਕੀਤਾ ਗਿਆ? ਗੁਰਦਾਸ ਨੰਗਲ ਚ। ਬੰਦਾ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ? 1708 ਕਦੋਂ ਹੋਈ ਸੀ? ਨੰਦੇੜ ਵਿਖੇ ਜੀ। ਬੰਦਾ ਸਿੰਘ ਬਹਾਦਰ ਮੁਗਲਾਂ ਨਾਲ ਆਖਰੀ ਲੜਾਈ ਕਿਹੜੇ ਸਥਾਨ ਤੇ ਲੜੀ? ਨੰਗਲ ਦੀ ਲੜਾਈ, ਗੁਰਦਾਸ ਨੰਗਲ ਦੀ ਲੜਾਈ ਜੀ। ਬੰਦਾ ਬਹਾਦਰ ਨੇ ਸੁਤੰਤਰ ਸਿੱਖ ਰਾਜ ਦੀ ਰਾਜਧਾਨੀ ਦਾ ਕੀ ਨਾਂ ਰੱਖਿਆ ਸੀਗਾ? ਲੋਹਗੜ੍ਹ ਦਾ ਕਿਲਾ ਬਣਾਇਆ ਸੀ ਮੁਖਲੈਸਪੁਰ। ਸ਼ਬਦ ਇੱਕ ਆ ਪਿਆ, ਅੱਗੇ ਕੁਆਚਨ ਪਿਆ। ਲੋਹਗੜ੍ਹ ਦਾ ਕਿਲਾ ਬਣਾਇਆ ਗਿਆ ਸੀਗਾ ਮੁਖਲੈਸਪੁਰ ਜੀ, ਠੀਕ ਹੈ। ਰਾਜਧਾਨੀ ਮੁਖਲੈਸਪੁਰ ਨੂੰ ਬਣਾਇਆ ਗਿਆ ਸੀਗਾ ਜੀ, ਤੇ ਉੱਥੇ ਕਿਲਾ ਬਣਾਇਆ ਸੀ ਲੋਹਗੜ੍ਹ ਦਾ, ਯਾਦ ਰੱਖਿਓ। ਗੁਰੂ ਗੋਬਿੰਦ ਸਿੰਘ ਜੀ ਦਾ ਚੇਲਾ ਬਣਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਕਿਸਦਾ ਚੇਲਾ ਸੀਗਾ? ਰਾਮਦੇਵ ਦਾ ਵੀ ਚੇਲਾ ਰਹਿ ਚੁੱਕਿਆ ਸੀ, ਮੈਂ ਤੁਹਾਨੂੰ ਦੱਸਿਆ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਇਹ ਰਾਮਦੇਵ ਦੀ ਡੈਥ ਹੋ ਜਾਂਦੀ ਹੈ। ਰਾਮਦੇਵ ਇਹਨੂੰ ਕਿੱਧਰ ਲੈ ਕੇ ਜਾਂਦੇ ਨੇ? ਸਾਊਥ ਵੱਲ। ਉਸ ਤੋਂ ਬਾਅਦ ਇਹ ਔਕੜ ਨਾਥ ਦਾ ਜਿਹੜਾ ਛਲ ਕਪਟ ਜੇ ਸਿਖਾਉਂਦਾ, ਇਹ ਜੋਗੀ ਨਾਥ ਹੈ ਉਹਦਾ ਚੇਲਾ ਬਣਦਾ ਜੀ। ਬੰਦਾ ਬਹਾਦਰ ਨੂੰ ਕਿਹੜੇ ਸਥਾਨ ਤੇ ਸ਼ਹੀਦ ਕੀਤਾ ਗਿਆ ਸੀ? ਦਿੱਲੀ ਦੇ ਵਿੱਚ ਜੀ। ਬੰਦਾ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ? 19 ਜੂਨ 1716 ਜੀ। ਹੈਂ ਬੰਦਾ ਸਿੰਘ ਬਹਾਦਰ ਨੂੰ ਜਕਰੀਆ ਖਾਨ ਦੀ ਕਮਾਂਡ ਦੇ ਵਿੱਚ, ਅਬਦ ਸੰਮਦ ਖਾਨ ਦਾ ਬੇਟਾ ਸੀ ਜਕਰੀਆ ਖਾਨ, ਉਹਨੇ ਫੜ ਕੇ, ਇਹਨਾਂ ਨੇ ਫੜ ਕੇ ਲਾਹੌਰ ਲੈ ਗਏ, ਤੇ ਲਾਹੌਰ ਜਕਰੀਆ ਖਾਨ ਨੇ ਲੈਟਰ ਲਿਖਿਆ ਫਰਕਸ਼ੀਅਰ ਨੂੰ ਕੀ ਕਰਕੇ ਬੰਦੇ ਬਹਾਦਰ ਦਾ, ਉਹ ਕਹਿੰਦਾ ਉਰੇ ਲਿਆਓ ਇਹਨੂੰ। ਫਿਰ ਲਾਹੌਰ ਤੋਂ ਕਿੱਥੇ ਲੈ ਗਏ ਸੀ? ਦਿੱਲੀ, ਤੇ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਸੀਗਾ, ਮੈਂ ਤੁਹਾਨੂੰ ਦੱਸਿਆ ਸੀ ਬਹਾਦਰ ਸ਼ਾਹ ਨੂੰ ਜਿੱਥੇ ਦਫਨ ਕੀਤਾ ਸੀਗਾ ਉਹਦੇ ਕੋਲੇ। ਕਿਤੇ ਆ ਗਿਆ ਹੋਊਗਾ, ਕੋਈ ਮਿਸਟੇਕ ਹੋ ਸਕਦੀ ਆ, ਟਾਈਪਿੰਗ ਦੀ ਮਿਸਟੇਕ ਜਾਂ ਕਿਤੇ ਨੇ ਕੁਛ ਹੋਊਗਾ। ਸੁਤੰਤਰ ਸਿੱਖ ਰਾਜ ਦੀ ਸਥਾਪਨਾ ਤੋਂ ਬਾਅਦ ਬੰਦਾ ਬਹਾਦਰ ਨੇ ਕਿਹੜੇ ਗੁਰੂ ਦੇ ਨਾਂ ਤੇ ਸਿੱਕੇ ਚਲਾਏ? ਗੁਰੂ ਨਾਨਕ ਤੇ ਗੁਰ ਗੋਬਿੰਦ ਦੋਵਾਂ ਦੇ ਨਾਂ ਤੇ। ਸਰਹੰਦ ਦੀ ਲੜਾਈ ਕਿਹੜੇ ਸਥਾਨ ਤੇ ਲੜੀ ਗਈ ਸੀ? ਚੱਪੜਚਿੜੀ, ਲਗਭਗ 20 ਕਿਲੋਮੀਟਰ, 18-20 ਕਿਲੋਮੀਟਰ ਜਾਂ 9 ਕੁ ਮਾਈਲ ਦਾ ਆਪਾਂ ਕਹਿ ਸਕਦੇ ਹਾਂ, 9-10 ਮਾਈਲ ਦਾ ਫਾਸਲਾ ਸੀਗਾ। ਬੰਦਾ ਸਿੰਘ ਬਹਾਦਰ ਦੀ ਆਰੰਭਿਕ ਸਫਲਤਾਵਾਂ ਦਾ ਮੁੱਖ ਕਾਰਨ ਕੀ ਸੀਗਾ? ਮੁਗਲ ਅਧਿਕਾਰੀਆਂ ਦੀ ਯੋਗ ਕਾਰਵਾਈ, ਅਯੋਗ ਕਾਰਵਾਈ, ਸਿੱਖਾਂ ਦਾ ਇੱਕ ਜੁੱਟ ਹੋਣਾ, ਬੰਦਾ ਬਹਾਦਰ ਦੀ ਕੁਸ਼ਲ ਕਾਰਵਾਈ ਤੇ ਸਿੱਖਾਂ ਦਾ ਧਾਰਮਿਕ ਜੋਸ਼। ਤੇ ਧਾਰਮਿਕ ਜੋਸ਼ ਬਾਅਦ ਚ ਕਿੱਧਰ ਚਲਾ ਗਿਆ? ਉਸ ਤੋਂ ਬਾਅਦ ਕਿੱਧਰ ਗਿਆ ਬੰਦਾ ਸਿੰਘ ਬਹਾਦਰ ਤੋਂ ਬਾਅਦ? 26 ਤੱਕ, ਬੰਦਾ ਸਿੰਘ ਬਹਾਦਰ ਦੇ 16 ਤੋਂ ਲੈ ਕੇ 26 ਤੱਕ ਸਿੱਖ ਕੁਛ ਵੀ ਨਹੀਂ ਕਰ ਸਕੇ, ਕੋਈ ਖਾਸ ਹੀ ਨਹੀਂ ਕਰ ਸਕੇ। ਸਮਝ ਲੱਗੇ ਗੱਲ? ਤੇ ਬੰਦਾ ਸਿੰਘ ਬਹਾਦਰ ਦੀ ਕੁਸ਼ਲ ਕਾਰਵਾਈ ਨੂੰ ਆਪਾਂ ਨਿਗਲੈਕਟ ਨਹੀਂ ਕਰ ਸਕਦੇ, ਜੇਕਰ ਇਹਦੀ ਕੁਸ਼ਲ ਕਾਰਵਾਈ ਨਾ ਹੁੰਦੀ ਤੇ ਆਪਾਂ ਅੱਜ ਪੜ੍ਹਦੇ ਨਾ, ਉਹ ਗੱਲ ਸੀਗੀ ਨਾ। ਸਮਝ ਲੱਗੇ ਗੱਲ? ਸੋ ਪੁਆਇੰਟ ਤਾਂ ਸਾਰੇ ਠੀਕ ਹੈ, ਬਟ ਜੇ ਸਭ ਤੋਂ ਸਟਰੋਂਗ ਗੱਲ ਕਰੀਏ ਆਰੰਭਿਕ ਸਫਲਤਾਵਾਂ, ਇੱਕ ਆਰੰਭਿਕ ਸ਼ਬਦ ਆ ਜਿਹੜਾ ਹੈ ਉਹ ਬੰਦਾ ਸਿੰਘ ਬਹਾਦਰ ਦੀ ਕੁਸ਼ਲ ਕਾਰਵਾਈ ਨੂੰ ਦਿੱਤਾ ਜਾਂਦਾ ਹੈ। ਆਰੰਭਿਕ ਸ਼ਬਦ ਕਾਰਨ ਇਹ ਸਟਰੋਂਗ ਹੋ ਗਿਆ। ਸਿੱਖ ਇਕਜੁੱਟ ਹੈ ਹੀ ਨਹੀਂ ਸੀਗੇ ਆਰੰਭਕ ਦੇ ਵਿੱਚ, ਸਿੱਖਾਂ ਨੂੰ ਤਾਂ ਇਕੱਠੇ ਕਰਿਆ ਗਿਆ, ਕਿਹਨੇ? ਬੰਦਾ ਬਹਾਦਰ ਨੇ, ਠੀਕ ਹੈ। ਅਜੋ ਕਾਰਵਾਈ ਕੋਈ ਨਹੀਂ ਸੀਗੀ, ਮੁਗਲਾਂ ਨੇ ਆਪਣੇ ਨੂੰ ਤਨ ਮਨ ਲਾਇਆ ਗਾਂਹ ਤੋਂ ਹੀ,
ਪਤੰਦਰ ਕੱਬੇ ਟੱਕਰ ਗਏ, ਬੰਦਾ ਬਹਾਦਰ ਦੇ ਅੰਤ ਵਿੱਚ ਅਸਫਲ ਹੋਣ ਦਾ ਸਭ ਤੋਂ ਵੱਡਾ ਕਾਰਨ। ਬੰਦਾ ਬਹਾਦਰ ਦੇ ਜਿੱਤ ਕਾਰਨ ਹੰਕਾਰ ਆ ਗਿਆ ਸੀਗਾ। ਆਹ ਧਿਆਨ ਦਿਆ ਕਰੋ ਪਿਆਰਿਓ, ਵੱਡਾ ਕਾਰਨ ਪੁੱਛੀ ਜਾਂਦੇ ਆ, ਕਾਰਨ ਹੈਗਾ ਇਹ ਨਹੀਂ, ਹੰਕਾਰ ਸੀਗਾ ਪਰ ਐਡਾ ਵੀ ਹੰਕਾਰ ਨਹੀਂ ਸੀਗਾ ਉਹ ਬੰਦੇ ਦੇ ਵਿੱਚ, ਥੋੜਾ ਹੰਕਾਰ ਨਹੀਂ ਸੀਗਾ। ਮੁਗਲ ਗਵਰਨਰ ਦੀ ਯੋਗ ਅਗਵਾਈ, ਇਹ ਵੀ ਕਾਰਨ ਸਹੀ ਹੈ, ਮੁਗਲ ਗਵਰਨਰ ਨੇ ਅਗਵਾਈ ਵੀ ਵਧੀਆ ਕੀਤੀ ਸੀਗੀ, ਯੋਗ ਅਗਵਾਈ। ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਾਰਨ ਇਹ ਵੀ ਠੀਕ ਹੈ। ਬੰਦਾ ਸਿੰਘ ਬਹਾਦਰ ਦੇ ਸੀਮਤ ਸਾਧਨ, ਸਭ ਤੋਂ ਸਟਰੋਂਗ ਹੈ ਜੀ ਸੀਮਤ ਸਾਧਨ, ਇੱਕ ਪਾਸੇ 20-25 ਹਜ਼ਾਰ ਫੌਜ ਆ, ਇੱਕ ਪਾਸੇ 2 ਹਜ਼ਾਰ ਫੌਜ ਆ, ਫਿਰ ਸਭ ਤੋਂ ਕਾਰਨ ਮਿਹਨਤ ਹੈ, ਇਹ ਸਿੱਧੇ ਹੀ ਪਤਾ ਵੀ ਹਰੂ ਗਈ। ਇੱਕ ਪਾਸੇ ਇੱਕ ਬੰਦਾ, ਇੱਕ ਪਾਸੇ 5 ਬੰਦੇ ਆ, ਕਾਰਨ ਤਾਂ ਫਿਰ ਪਾਵਰ ਸਿੱਧਮ ਸਿੱਧਾ ਹੀ ਬਣ ਗਈ। ਇੱਕ ਕੋਲੇ ਤੋਪਾਂ ਨੇ, ਇੱਕ ਕੋਲੇ ਬਰਛੇ ਨੇ, ਸਮਝ ਲੱਗੇ ਗੱਲ? ਤਾਂ ਸਭ ਤੋਂ ਸਟਰੋਂਗ ਹੈ ਵੱਡਾ ਕਾਰਨ, ਜੇ ਕਹਿ ਦਈਏ ਕਾਰਨ ਇਹ ਤਿੰਨੇ ਹੀ ਆ, ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਪਰ ਵੱਡਾ ਕਾਰਨ ਹੈ। ਬੰਦਾ ਬਹਾਦਰ ਨੂੰ ਗੁਰੂ ਮੰਨਣ ਵਾਲੇ ਉਚਾਈ ਕੀ ਅਖਵਾਉਂਦੇ ਸਨ? ਬੰਦਈ ਜੀ, ਬੰਦਈ ਕਿਹਾ ਜਾਂਦਾ ਸੀ, ਆਂਸਰ ਹੈ ਇਹਦਾ, ਆੜਾ ਪੇਪਰ ਚ ਆ ਚੁੱਕਿਆ ਕੁਐਸਚਨ ਜੀ। ਬੰਦਈ ਠੀਕ ਹੈ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੇ ਕੀ ਕਹਿੰਦੇ ਸੀ? ਤਤ ਖਾਲਸਾ ਕਿਹਾ ਜਾਂਦਾ ਸੀ ਉਹਨਾਂ ਨੂੰ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਸੀ। ਬਾਅਦ ਦੇ ਵਿੱਚ ਡਿਸਪਿਊਟ ਪੈਦਾ ਹੁੰਦਾ ਇਹਨਾਂ ਦਾ। ਸੋ ਬੰਦਾ ਸਿੰਘ ਬਹਾਦਰ ਦੀ ਸਿੱਖ ਧਰਮ ਨੂੰ ਮੁੱਖ ਦੇਣ ਕੀ ਹੈ? ਹਾਂਜੀ, ਸੂਬਾ ਸਰਹੰਦ ਤੋਂ ਬਦਲਾ ਲੈਣਾ ਜਾਂ ਮੁਗਲਾਂ ਤੋਂ ਬਦਲਾ ਲੈਣਾ ਹੈ, ਸੁਤੰਤਰ ਰਾਜ, ਸਿੱਖ ਨੂੰ ਸੰਗਠਿਤ ਕਰਨਾ, ਮੁਗਲ ਸਾਮਰਾਜ ਦਾ ਪੰਜਾਬ ਚੋਂ ਅੰਤ ਕਰਨਾ। ਆਹ ਤਾਂ ਬਿਲਕੁਲ ਹੀ ਨਿਗਲੈਕਟ ਹੈ, ਅੰਤ ਤਾਂ ਹੋਇਆ ਹੀ ਨਹੀਂ। ਮੁਗਲਾਂ ਦਾ ਅੰਤ ਕਿੱਥੇ ਹੋਇਆ? ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚ ਆ ਕੇ ਹੋਇਆ। ਬਦਲਾ ਲੈਣ ਦੀ ਭਾਵਨਾ ਮੈਂ ਪਹਿਲਾਂ ਹੀ ਨਿਗਲੈਕਟ ਕਰ ਗਿਆ, ਤੁਹਾਨੂੰ ਦੱਸ ਚੁੱਕਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਇਹੋ ਜਿਹੀ ਚੀਜ਼ ਹੀ ਨਹੀਂ ਸੀ, ਉਹ ਬਦਲੇ ਦੀ ਭਾਵਨਾ ਨਹੀਂ। ਜੇ ਬਦਲੇ ਦੀ ਭਾਵਨਾ ਰੱਖਦੇ ਹੁੰਦੇ ਤਾਂ ਉਹਦੇ ਬੱਚਿਆਂ ਨੂੰ ਸ਼ਹੀਦ ਕਰਾਉਣ ਵਾਲਾ ਔਰੰਗਜ਼ੇਬ ਹੈ, ਸਮਝ ਲੱਗੇ ਗੱਲ? ਤਾਂ ਫਿਰ ਉਹ ਬਹਾਦਰ ਸ਼ਾਹ ਦੇ ਨਾਲ ਮਿੱਤਰਤਾ ਕਿਉਂ ਕਰਦੇ, ਉਹਦੀ ਮਦਦ ਕਿਉਂ ਕਰਾਉਂਦੇ? ਤੇ ਜੇ ਬਦਲੇ ਦੀ ਭਾਵਨਾ ਬੰਦਾ ਸਿੰਘ ਬਹਾਦਰ ਚ ਹੁੰਦੀ ਤਾਂ ਸੂਬਾ ਸਰਹੰਦ ਨੂੰ ਵਜ਼ੀਰ ਖਾਨ ਨੂੰ ਮਾਰਨ ਤੋਂ ਬਾਅਦ ਉਹਦੇ ਬੱਚਿਆਂ ਨੂੰ ਕਿਉਂ ਛੱਡਦਾ? ਉਹਦੇ ਬੱਚਿਆਂ ਨੂੰ ਫਿਰ ਉਹਦੇ ਵੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਸੀ, ਫਿਰ ਉਹਨੂੰ ਉਹਨੇ ਸ਼ਹੀਦ ਕਰਨਾ ਸੀ, ਭੜਕਾਉਣੇ ਸੀ ਉਹ, ਇਹ ਵੀ ਨਿਗਲੈਕਟ ਹੋ ਰਿਹਾ। ਤਾਂ ਮਗਰ ਹੈਗੇ ਸਿੱਖਾਂ ਨੂੰ ਸੰਗਠਿਤ ਕਰਨਾ, ਸੁਤੰਤਰ ਸਿੱਖ ਰਾਜ ਦੀ ਸਥਾਪਨਾ, ਸੁਤੰਤਰ ਸਿੱਖ ਰਾਜ ਦੀ ਸਥਾਪਨਾ ਸਟਰੋਂਗ ਆਂਸਰ ਹੈ, ਠੀਕ ਹੈ। ਸਿੱਖ ਰਾਜ ਮੈਂ ਕਿਹਾ, ਭਾਵੇਂ ਉਹ 5 ਸਾਲਾਂ ਵਾਸਤੇ 7 ਸਾਲਾਂ ਵਾਸਤੇ ਰਿਹਾ, ਇੱਕ ਸਿੱਖ ਸਥਾਪਨਾ ਦਾ ਕੀ ਮਸਲਾ ਹੁੰਦਾ ਹੈ? ਕਿਸੇ ਦੀ ਰਾਜ ਦੀ ਸਥਾਪਨਾ ਦਾ ਮਸਲਾ ਪਤਾ ਕੀ ਹੁੰਦਾ ਹੈ? ਕਿ ਬੰਦੇ ਨੇ ਨਗਾਰਾ ਵਜਾਤਾ, ਕਲੰਗੀ ਪਹਿਨ ਲਈ, ਤੇ ਨਾਲ ਸਿੱਕੇ ਜਾਰੀ ਕਰਤੇ, ਕੈਲੰਡਰ ਜਾਰੀ ਕਰਤਾ। ਪਹਿਲਾਂ ਵਾਲੇ ਰਾਜੇ ਕੈਲੰਡਰ ਤੇ ਸਿੱਕੇ ਜਾਰੀ ਕਰਦੇ ਸੀ, ਤੇ ਸਿੱਕੇ ਜਾਰੀ ਕਰਤੇ ਆਪਾਂ ਦੇਖਿਆ। ਹਾਂਜੀ, ਅਗਲਾ ਕੁਐਸਚਨ, ਵਜ਼ੀਰ ਖਾਂ ਕੌਣ ਸੀਗਾ? ਫੌਜਦਾਰ ਸੀਗਾ ਜੀ। ਕਿੱਥੋਂ ਦਾ? ਸਰਹੰਦ ਦਾ। ਵਜ਼ੀਰ ਖਾਂ ਕਿੱਥੇ ਮਾਰਿਆ ਗਿਆ ਸੀਗਾ? ਚੱਪੜਚਿੜੀ ਦੇ ਵਿੱਚ ਹੀ ਮਾਰਤਾ ਸੀਗਾ ਬਾਈ। ਮਾਰਿਆ ਕਿਹਨੇ ਸੀ? ਬਾਜ ਸਿੰਘ ਦੇ ਨਾਲ ਲੜ ਰਿਹਾ ਸੀਗਾ, ਤੇ ਫਤਿਹ ਸਿੰਘ ਨੇ ਇਮੀਡੀਏਟਲੀ ਧੌਣ ਤੇ
ਖੰਡਾ ਮਾਰਿਆ ਤੇ ਵਜ਼ੀਰ ਖਾਨ ਨੂੰ ਮਾਰਤਾ ਜੀ। ਬੰਦਾ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਨਾਲ ਕਿਹੜੇ ਸਥਾਨ ਤੇ ਮੁਲਾਕਾਤ ਹੋਈ? ਨੰਦੇੜ। ਅੰਮ੍ਰਿਤ ਛਕਣ ਤੋਂ ਬਾਅਦ ਬੰਦਾ ਬਹਾਦਰ ਦਾ ਨਾਂ ਕੀ ਰੱਖਿਆ ਗਿਆ? ਬੰਦਾ ਬਹਾਦਰ ਨੇ ਪੰਜਾਬ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਹਮਲਾ ਕਿਹੜੇ ਸਥਾਨ ਤੇ ਕੀਤਾ ਹੈ? ਸੋਨੀਪਤ ਤੇ ਜੀ। ਬੰਦਾ ਬਹਾਦਰ ਦੇ ਸਮਕਾਲੀ ਮੁਗਲ ਸ਼ਾਸਕ ਕਿਹੜੇ ਸਨ? ਬਹਾਦਰ ਸ਼ਾਹ ਤੇ ਫਰਕਸ਼ੀਅਰ ਜੀ। ਸੋ ਬੰਦਾ ਬਹਾਦਰ 10 ਤੱਕ ਬੰਦਾ ਬਹਾਦਰ ਨੇ ਤਹਿਲਕਾ ਮਚਾਤਾ ਸੀਗਾ ਤੇ 10 ਤੱਕ ਬੰਦਾ ਬਹਾਦਰ ਬਹਾਦਰ ਸ਼ਾਹ ਰਹਿੰਦਾ, ਫਿਰ ਉਹਦਾ ਬੇਟਾ ਜਹਾਦਰ ਸ਼ਾਹ ਰਹਿੰਦਾ, ਫਿਰ 12-13 ਦੇ ਆਸੇ ਪਾਸੇ ਸੋਰੀ ਜਹਾਦਰ ਸ਼ਾਹ ਬਣਦਾ, ਫਿਰ ਉਸ ਤੋਂ ਬਾਅਦ ਫਰਕਸ਼ੀਅਰ ਬਣਦਾ ਜੀ। ਉਹ ਨਾਮ ਹੀ ਨਹੀਂ ਦਿੱਤਾ ਜਹਾਦਰ ਸ਼ਾਹ, ਇੱਥੇ ਹੈ ਹੀ ਨਹੀਂ, ਉਹ ਵੀ ਉਹਦਾ ਸਮਕਾਲੀ ਸੀ ਆਂਸਰ ਆਪਣਾ ਜੀ। ਸੁਤੰਤਰ ਸਿੱਖ ਰਾਜ ਦੀ ਸਥਾਪਨਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ? ਫਿਰ ਵੀ ਸਹੀ ਆ, ਮੈਂ ਆਖੀ ਤਾਂ ਜਾਣਾ। ਇਹ ਤੋਂ ਬਾਅਦ ਕੁਝ ਕੁ ਸਮੇਂ ਵਾਸਤੇ ਜਹਾਦਰ ਸ਼ਾਹ ਬਣਿਆ, ਫਿਰ ਉਦੋਂ ਬਾਅਦ ਇਹਨੇ ਖੋਲਿਆ ਰਾਜ ਫਰਕਸ਼ੀਅਰ ਨੇ ਇਹਦੇ ਤੋਂ। ਬੰਦਾ ਬਹਾਦਰ ਨੇ ਕਿਹੜੀ ਪ੍ਰਥਾ ਦਾ ਅੰਤ ਕੀਤਾ ਹੈ? ਜ਼ਿਮੀਂਦਾਰ ਪ੍ਰਥਾ ਜੀ। ਜ਼ਿਮੀਂਦਾਰ ਪ੍ਰਥਾ ਕੀ ਸੀਗਾ ਕਿ ਜ਼ਿਮੀਂਦਾਰ ਜ਼ਮੀਨ ਦਾ ਮਾਲਕ ਸੀ ਤੇ ਜਿਹੜੇ ਛੋਟੇ ਮੋਟੇ ਬੰਦਿਆਂ ਨੂੰ ਠੇਕੇ ਤੇ ਦੇ ਦਿੰਦਾ ਸੀ, ਜਿਹਨੂੰ ਕਿਸਾਨ ਕਹਿੰਦੇ ਸੀਗੇ। ਤੇ ਬੰਦਾ ਬਹਾਦਰ ਨੇ ਕੀ ਕੀਤਾ ਸੀਗਾ? ਮੈਂ ਕਿਹਾ ਸੀ ਵੀ ਫਤਿਹ ਸਿੰਘ ਨੂੰ ਕਮਾਂਡ ਸੰਭਾਲਤੀ ਸੀਗੀ ਸੋਨੀਪਤ ਦੀ, ਉਦੋਂ ਹੀ ਇਹਨੂੰ ਖਤਮ ਕਰਤਾ ਤੇ ਕਿਸਾਨਾਂ ਨੂੰ ਜਿਹੜੇ ਜ਼ਮੀਨ ਵਾਹੁੰਦੇ ਸੀਗੇ ਉਹਨਾਂ ਦੇ ਨਾਂ ਗਰਦੌਰੀਆਂ ਚੜ੍ਹਾਤੀਆਂ ਤੇ ਗਰਦੌਰੀਆਂ ਤੋਂ ਬਾਅਦ ਉਹਨਾਂ ਨੂੰ ਮਾਲਕ ਬਣਾਤਾ ਜੀ, ਜਿਵੇਂ ਅੱਜ ਗਰਦੌਰੀਆਂ ਹੁੰਦੀਆਂ ਨੇ। ਠੀਕ ਹੈ, ਅਗਲਾ ਸਹੀ ਦੱਸਣਾ ਕੀ ਹੈ ਇਹਦੇ ਵਿੱਚੋਂ? ਹਾਂਜੀ, ਦੇਖੋ ਦੋ ਚੀਜ਼ਾਂ ਦਾ ਸਿੱਧੀਆਂ ਹੀ ਯਾਦ ਰੱਖ ਲਓ, ਮੇਰੀ ਗੱਲ ਸੁਣੋ। ਪਹਿਲੀ ਤੇ ਆਖਰੀ ਲੜਾਈ ਗੱਲ 'ਚ ਕਿੱਥੋਂ ਸ਼ੁਰੂ ਹੁੰਦੀ ਆ? ਸੋਨਾ, ਸੋਨੇ ਤੋਂ ਸ਼ੁਰੂ ਹੁੰਦੀ ਆ ਤੇ ਖਤਮ ਕਿੱਥੇ ਹੁੰਦੀ ਆ? ਨੰਗਲ 'ਚ ਆ ਕੇ ਹੋ ਜਾਂਦੀ ਆ। ਆਹ ਦੋ ਲੜਾਈਆਂ ਨੇ, ਨੰਗਲ ਆਖਰੀ ਆ ਤੇ ਸੋਨੀਪਤ ਦੀ ਪਹਿਲੀ ਲੜਾਈ ਆ। ਤਾਂ ਸੋਨੀਪਤ ਦੀ ਸਭ ਤੋਂ ਪਹਿਲਾਂ ਤਾਂ ਫਿਰ ਅੱਠ ਹੈ, ਆਹ ਇਹਦੇ ਨਾਲ ਜੁੜ ਜੂਗਾ ਤੇ ਆਹ ਇਹਦੇ ਨਾਲ ਜੁੜ ਜੂਗਾ ਤੇ ਆਹ ਤਾਂ ਹੈ ਹੀ, ਦੋਵੇਂ ਸਢੋਰਾ ਦੀ ਲੜਾਈ ਤੇ ਸਰਹੰਦ ਦੀ ਲੜਾਈ ਆ ਜਿਹੜੀ, ਇਹ ਇਕੱਠੀਆਂ ਹੀ ਨੇ ਜੀ 10-10 'ਚ। ਤਾਂ ਆਪਣੇ ਕੋਲੇ ਆਂਸਰ ਕੀ ਬਣਦਾ? ਪਹਿਲੇ ਦਾ ਆੜਾ ਤੇ ਚੌਥੇ ਦਾ ਊੜਾ। ਪਹਿਲੇ ਦਾ ਆੜਾ, ਚੌਥੇ ਦਾ ਊੜਾ, ਆਹ ਆਂਸਰ ਬਣ ਗਿਆ। ਐਂ ਕਰਿਆ ਕਰੋ, ਮਲਟੀ ਚੁਆਇਸ ਕੁਐਸਚਨ ਹੁੰਦਾ ਜਿਹੜਾ। ਸਭ ਤੋਂ ਪਹਿਲਾਂ ਕਿਸ ਨੇ ਗੁਰੂਆਂ ਦੇ ਨਾਂ ਦੇ ਸਿੱਕੇ ਜਾਰੀ ਕੀਤੇ ਜੀ? ਬੰਦਾ ਸਿੰਘ ਬਹਾਦਰ ਨੇ। ਠੀਕ ਹੈ, ਸੋ ਆਪਣੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਬੰਦਾ ਸਿੰਘ ਬਹਾਦਰ ਦੇ ਮਲਟੀ ਚੁਆਇਸ ਕੁਐਸਚਨ ਮੋਸਟਲੀ ਲਗਭਗ ਹੋ ਗਏ ਨੇ। ਠੀਕ ਹੈ, ਲਾਈਕ